ਚਾਲੀ ਸੈਕਿੰਡ ਰਹਿਣ ਵਾਲੀ ਟੀਮ ਇਸਦਾ ਤਰਸੇਮ ਸਿੰਘ ਮੈਂਬਰ ਵੱਲੋਂ ਦਿੱਤਾ ਜਾ ਰਿਹਾ ਜੀ ਪੈਂਹਠ ਤੇ ਗੁਰਭੇਜ ਸਿੰਘ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲੇ ਬਾਬਾ ਰੇਸ਼ਮ ਸਿੰਘ ਜੀ ਉਹਨਾਂ ਵੱਲੋਂ ਇਨਾਮ ਦਿੱਤੇ ਜਾ ਰਹੇ ਨੇ ਨਾਲ ਹੀ ਸਾਡੇ ਵੀਰ ਮਾਲਵਾ ਕਲੱਬ ਵਾਲੇ ਜਗਦੇਵ ਜਗਦੇਵ ਇਟਲੀ ਤੇ ਗੁਰਪ੍ਰੀਤ ਇਟਲੀ ਵਾਲੇ ਨਾਲ ਵੀ ਬੈਠੇ ਭਾਈ ਸਰਦਾਰ ਤਰਸੇਮ ਸਿੰਘ ਸਿੱਧੂ ਤੇ ਗੁਰਭੇਜ ਸਿੰਘ ਸਿੱਧੂ ਸਿੱਧੂ ਸਾਡੇ ਵੀਰ ਸੈਕਿੰਡ ਰਹਿਣ ਵਾਲੀ ਟੀਮ ਨੂੰ ਸਲੀਨੇ ਦੀ ਟੀਮ ਨੂੰ ਸੈਕਿੰਡ ਪ੍ਰਾਈਜ਼ ਦਿੱਤਾ ਜਾ ਰਿਹਾ ਜੀ ਹਾਂ ਬਾਈ ਪਲੂਰ ਸਵਾਗਤ ਕਰਦੇ ਹਾਂ ਦਾਨੇ ਸੱਜਣਾ ਦਾ ਨਾਲ ਹੀ ਤਾਜ਼ੀਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਟੀਮਾਂ ਦਾ ਅਗਲੀ ਗੱਲ ਮਾਈਕ ਤੇ ਅਮਰੀਕ ਜੀ ਨਾਲ ਹੀ ਸਾਡੇ ਵੀਰ ਮਾਲਵਾ ਕਲੱਬ ਵਾਲੇ ਬਾਈ ਜਗਦੇਵ ਹੋਣੀ ਤੇ ਗੁਰਪ੍ਰੀਤ ਹੋਣੀ ਇਟਲੀ ਵਾਲੇ ਐਲਾਨ ਕਰਦੇ ਵੀ ਨਾਰੇ ਵਰਗੇ ਨਾਰਾ ਗਿੰਦਰੀ ਤੇ ਭਿੰਦਾ ਭੱਬੇ ਲੰਡਿਆਂ ਵਾਲਾ ਉਹ ਕਹਿੰਦੇ ਸਾਡੀ ਟੀਮ ਵੱਲੋਂ ਅਰਕੀ ਇਟਲੀ ਖੇਡਣਗੇ ਬੜੀ ਖੁਸ਼ੀ ਦੀ ਗੱਲ ਆ ਵੀ ਅਰਕੀ ਜਿਹੜਾ ਨਿਊਜ਼ੀਲੈਂਡ ਖੇਡਣਗੇ ਜ਼ੋਰ ਨਾਲ ਤਾੜੀ ਮਾਰੋ ਨਿਊਜ਼ੀਲੈਂਡ ਜਲਦੀ ਮੈਚ ਸਟਾਰਟ ਕਰੋ ਨਾਲ ਨਾਰਾ ਗਿੰਦਰੀ ਸਾਡਾ ਵੀਰ ਤੇ ਭਿੰਦਾ ਭੱਬੇ ਲੰਡੇ ਵਾਲਾ ਉਹ ਕਹਿੰਦੇ ਵੀ ਅਰਕੀ ਨਿਊਜ਼ੀਲੈਂਡ ਖੇਡਣਗੇ ਮਾਲਵਾ ਕਬੱਡੀ ਕਲੱਬ ਵੱਲੋਂ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਭਲੂਰ ਤੇ ਤਲਵੰਡੀ ਭਲੂਰ ਤੇ ਤਲਵੰਡੀ ਦਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਮੇਰੀ ਬੇਨਤੀ ਹੈ ਕਿਉਂਕਿ ਸੈਮੀਫਾਈਨਲ ਮੈਚ ਖੇਡਿਆ ਜਾਣਾ ਤੇ ਹਜੇ ਫਾਈਨਲ ਮੈਚ ਆਪਣੇ ਕੋਲੇ ਬਾਕੀ ਹੈ ਫਾਈਨਲ ਮੈਚ ਹਲੇ ਬਾਕੀ ਆਪਣੇ ਕੋਲੇ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਕਿਰਪਾ ਕਰਕੇ ਰੈਫਰੀ ਵੀਰਾਂ ਨੂੰ ਬੇਨਤੀ ਹੈ ਵੀ ਮੈਚ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇ ਨਾਲ ਹੀ ਬੰਗੇਲੀ ਦੀ ਜੇਤੂ ਟੀਮ ਸਟੇਜ ਤੇ ਆ ਜਾਵੇ ਸਾਡੇ ਕਸ਼ਮੀਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅਨਾਊਂਸ ਕਰਵਾਇਆ ਗਿਆ ਸੀ 15,000 ਰੁਪਇਆ ਟੀਮ ਲਈ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਐਨ ਆਰ ਆਈ ਵੀਰ ਕਸ਼ਮੀਰ ਸਿੰਘ ਸਿੱਧੂ ਕੈਨੇਡਾ ਦੇ ਵਿੱਚ ਬੈਠੇ ਨੇ ਐਡਮਿੰਟਨ ਸ਼ਹਿਰ ਵਿੱਚ ਨਾਲ ਸਾਡੇ 10,000 ਰੁਪਇਆ ਗੁਰਜੰਟ ਸਿੰਘ ਸਿੱਧੂ ਗੁਰਜੰਟ ਸਿੰਘ ਸੰਧੂ ਸਾਹਿਬ ਉਹ ਵੀ ਬੈਠੇ ਮਾਣ ਭੇਜ ਰਹੇ ਖਿਡਾਰੀਆਂ ਲਈ ਫਸਟ ਰਹਿਣ ਵਾਲੀ ਟੀਮ ਬਘੇਲੇ ਦੀ live.com ਬਾਈ ਜੀ ਸਾਡੇ ਸਰਦਾਰ ਸੁਰਜੀਤ ਸਿੰਘ ਦਾ ਪੋਤਰਾ ਗੁਰਪ੍ਰੀਤ ਸਿੰਘ ਸਿੱਧੂ ਉਹਨਾਂ ਦੇ ਸਾਲੇ ਵੱਲੋਂ ਸਰਦਾਰ ਜਗਦੇਵ ਸਿੰਘ ਜੀ ਨਿਊਜ਼ੀਲੈਂਡ ਮਾਲਵਾ ਕਲੱਬ ਵੱਲੋਂ ਗਿੰਦਰੀ ਨਾਰਾ ਸਾਡਾ ਵੀਰ ਹੈ ਭੰਬੇ ਲੰਡੇ ਦੇ ਪਿੰਡ ਲਈ ਡੇਢ ਸਾਲ ਦੇ ਵਿੱਚ ਵਿੱਚ ਵੱਡੇ ਕਹਿ ਲਈਏ ਬੀਜੇ ਲਗਵਾਏ ਜਾਣਗੇ ਇਹਨਾਂ ਖਿਡਾਰੀਆਂ ਦੇ ਆਪਾਂ ਧੰਨਵਾਦ ਕਰਦੇ ਤਾੜੀਆਂ ਮਾਰਦੇ ਖੜੀ ਸਾਡੇ ਵੀਰ ਲਈ ਵੱਡੇ ਕਹਿ ਲਈਏ ਸਾਡੇ ਬਰਾੜ ਪਰਿਵਾਰ ਵੱਲੋਂ ਵੱਡੇ ਦੇਣੇ ਖਿਡਾਰੀਆਂ ਲਈ ਪੈਂਹਠ ਕਿੱਲੋ ਦੀ ਜੇਤੂ ਟੀਮ ਨੂੰ ਕਸ਼ਮੀਰ ਸਿੰਘ ਕੈਨੇਡਾ ਸਿੰਘ ਵੱਲੋਂ 15,000 ਰੁਪਏ ਦਾ ਨਕਦ ਪ੍ਰਾਈਜ਼ ਦਿੱਤਾ ਜਾਂਦਾ ਜੀ ਨਾਲ ਹੀ ਦੋਵੇਂ ਟੀਮਾਂ ਧਿਆਨ ਨਾਲ ਸੁਣ ਲੈਣ ਜੀ ਜਿੰਨਾ ਚਿਰ ਸੌ ਨਹੀਂ ਖਾਂਦੀਆਂ ਉਹਨਾਂ ਚਿਕਰ ਮੁਕਾਬਲਾ ਨਹੀਂ ਕਰਵਾਇਆ ਜਾਵੇਗਾ ਸਾਡੇ ਹਾਂ ਬਾਈ ਰਲ ਦੀ ਛੱਕ ਹੋਵੇਗਾ ਸੌ ਚੁਕਾ ਕੇ ਫੇਰ ਮੈਚ ਕਰਾਉਣਾ ਜੇਕਰ ਛੱਕ ਦੇ ਵਿੱਚ ਨਾ ਸੌ ਖਾਣਗੀਆਂ ਦੋਵਾਂ ਟੀਮਾਂ ਇਕੱਠੀਆਂ ਜਾਣਗੀਆਂ ਬਾਈ ਜੀ ਜਿਹੜੇ ਵਾਧੂ ਬੰਦੇ ਗਰਾਊਂਡ ਦੇ ਵਿੱਚ ਕਿਰਪਾ ਕਰਕੇ ਬਾਹਰ ਹੋ ਜਾਓ ਯਾਰ ਗਰਾਊਂਡ ਕਲੀਅਰ ਕਰਕੇ ਪ੍ਰੈਜ਼ੈਂਟ ਕਲੋ ਕਬੱਡੀ ਦੀ ਆਪਣਾ ਨਾਮ ਲੈ ਗਈ ਉਹ ਵੀ ਮੇਰੇ ਵੀ ਪਾਸੇ ਹੋ ਬਹਿ ਕੇ ਮੈਚ ਦੇਖਣ ਹੁਣ ਗਰਾਊਂਡ ਕਲੀਅਰ ਕਰਕੇ ਪਲੇਅਰਾਂ ਨੂੰ ਦੇ ਦਿੱਤੀ ਜਾਵੇ ਮੇਰੀ ਬੇਨਤੀ ਹੈ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਵੀ ਕਾਰਵਾਈਆਂ ਕਰਕੇ ਆਪਾਂ ਮੈਚ ਸ਼ੁਰੂ ਕਰਵਾ ਦਈਏ ਸਾਡੇ ਸਤਿਕਾਰ ਦੇ ਜਿਹੜੇ ਰਾਮ ਸਿੰਘ ਜੀ ਸੰਧੂ ਉਹ ਵੀ ਖੇਡ ਮੈਦਾਨ ਵਿੱਚ ਪੁੱਜਣ ਜਿਹੜੀ ਕਾਰਵਾਈ ਹੈ ਛੇਤੀ ਕਰਕੇ ਯਾਰ ਮੈਚ ਸਟਾਰਟ ਕਰਾਉਂਦਾ ਵਾ
ਸਾਡੀ ਬੇਨਤੀ ਆ ਵੀ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਵੀ ਜਿਹੜਾ ਹਨੇਰਾ ਉਹ ਕਾਫੀ ਹੋ ਗਿਆ ਔਰ ਸੰਗਤ ਵੀ ਕਹਿੰਦੇ ਵੀ ਕਾਫੀ ਦੂਰ ਦੂਰ ਤੋਂ ਪੁੱਜੀ ਸੀ ਜਿੰਨੇ ਵੀ ਵੀਰ ਬੈਠੇ ਨੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਲੰਮੀ ਉਮਰ ਬਖਸ਼ੇ ਇਹਨਾਂ ਦਰਸ਼ਕਾਂ ਨੂੰ ਇਹਨਾਂ ਲੋਕਾਂ ਨੂੰ ਇਸ ਸੰਗਤ ਨੂੰ ਪਰਮਾਤਮਾ ਬਲ ਬਖਸ਼ੇ ਦਿਨ ਦੁੱਗਣੀ ਰਾਤ ਚੜ੍ਹੇ ਬਖਸ਼ੇ ਵਾਧੂ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਜੀ ਜਿੰਨੇ ਕਿ ਸਾਰੇ ਹੀ ਦਰਸ਼ਕ ਵੀਰ ਬਾਹਰ ਨਹੀਂ ਹੁੰਦੇ ਮੁਕਾਬਲਾ ਨਹੀਂ ਕਰਵਾਇਆ ਜਾਵੇਗਾ ਜੇਕਰ ਸ਼ੱਕ ਪਵੇ ਕਿ ਦੋਵੇਂ ਟੀਮਾਂ ਕੱਟਾਂਗੇ ਸਾਡੇ ਪ੍ਰਬੰਧਕ ਵੀਰ ਕਹਿੰਦੇ ਨੇ ਨਾਲ ਹੀ ਵਾਧੂ ਵੀਰਾਂ ਨੂੰ ਬੇਨਤੀ ਹੈ ਬਾਹਰ ਹੋ ਜਾਓ ਸਾਡੀ ਅਗਲੀ ਗੱਲ ਮਾਈਕ ਤੇ ਅਮਰੀਕ ਸਾਡਾ ਵੀਰ ਮੈਚ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇ ਮੇਰੀ ਬੇਨਤੀ ਹੈ ਨਾਲ ਗਬਰ ਸਾਹਿਬ ਦਾ ਧੰਨਵਾਦ ਲਓ ਸਾਹਮਣੇ ਪ੍ਰਧਾਨ ਕਬੱਡੀ ਭਾ ਰਿਹਾ ਲਓ ਸਾਹਮਣੇ ਦੇਖਦੇ ਕਿ ਪੱਪੂ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਮੋਟਕੀ ਵਾਲਾ ਕਹਿੰਦੇ ਵੀ ਹਰ ਸਿਮਰਤ ਸਿੰਘ ਨਾਂ ਰੱਖਿਆ ਮਾਪਿਆਂ ਨੇ ਤੇ ਕਹਿੰਦੇ ਵੀ ਦੁਨੀਆ ਪਿਆਰ ਨਾਲ ਪੱਪੂ ਆਖਦੀ ਹੈ ਲਓ ਸਾਹਮਣੇ ਕਹਿੰਦੇ ਵੀ ਪੱਪੂ ਨੌਜਵਾਨ ਮੋਦਕੀ ਵਾਲਾ ਪੁਆਇੰਟ ਤਲਵੰਡੀ ਦੀ ਟੀਮ ਲਈ ਜੋੜਦਾ ਹੋਇਆ ਤਲਵੰਡੀ ਦੇ ਕਹਿੰਦੇ ਵੀ ਖੇਤੀਬਾੜੀ ਦੇ ਸੰਤਾਂ ਅਹਿਮੀਅਤ ਪੰਜਾਬ ਦਾ ਕਿਸਾਨ ਜਾਣਦਾ ਲਓ ਸਾਹਮਣੇ ਦੇਖਾਂਗੇ ਵੀ ਨਰਪੈ ਸਿੰਘ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਖੇਡ ਯਾਰ ਬਾਬਾ ਜੀ ਨੂੰ ਤਾਂ ਪ੍ਰੋਬਲਮ ਹੋਈ ਪਿੱਛੇ ਮੈਚ ਦੇਖਣ ਚ ਮੂਹਰੇ ਲਾਲਾ ਨਾਲ ਬਹੁਤ ਕਿਰਪਾ ਕਰਕੇ ਲਓ ਸਾਹਮਣੇ ਨਰਪੈ ਦੀ ਪਾਈ ਹੋਈ ਕਬੱਡੀ ਤੇ ਹੁਣ ਚਾਰ ਜਾਸੂ ਹੈ ਕੌਣ ਵੱਧ ਕੇ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਰਮਣਾ ਤਲਵੰਡੀ ਵਾਲਾ ਕਹਿੰਦੇ ਵੀ ਨੌਜਵਾਨ ਲਾਲੇ ਦਾ ਪੁੱਤ ਕਿ ਲੋਕਾਂ ਪਿੰਡ ਮੁੰਡਿਆਂ ਦਾ ਤਲਵੰਡੀ ਜਿੱਤ ਦੀ ਗੱਡ ਦਿੰਦੇ ਨੇ ਝੰਡੀ ਪੂਰੀ ਪਾਵੇ ਫੁੱਟ ਗਈ ਇੱਕ ਲਾਲੇ ਦਾ ਭਤੀਜਾ ਦੂਜਾ ਪੁੱਤ ਗਈ ਮੁੰਡੇ ਲਾ ਲਾ ਕੇ ਜਫੇ ਲੈਂਦੇ ਮੇਲਾ ਲੁੱਟ ਵੀ ਲਓ ਸਾਹਮਣੇ ਹੀਰੇ ਦੀ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਸੀ ਹੈ ਦਿਆਲਪੁਰੇ ਵਾਲਾ ਦੇਵ ਕਹਿੰਦਾ ਵੀ ਪੁਆਇੰਟ ਜਿਹੜਾ ਤਲਵੰਡੀ ਭਾਈ ਦਾ ਹੈ ਤਲਵੰਡੀ ਭਾਈ ਦੇ ਕਹਿੰਦੇ ਵੀ ਖੇਤੀਬਾੜੀ ਦੇ ਸੰਦਾਂ ਦੀ ਮਹਾਨਤਾ ਪੰਜਾਬ ਦਾ ਕਿਸਾਨ ਜਾਣਦਾ ਹੈ ਨਵਦੀਪ ਡੀਸੀ ਉਹਨਾਂ ਨੇ ਕਬੱਡੀ ਖੇਡੀ ਹੈ ਤੇ ਕਹਿੰਦੇ ਵੀ ਲਾਲੇ ਨੇ ਬੱਲੇ ਬੱਲੇ ਕਰਵਾਈ ਹੈ ਲਓ ਸਾਹਮਣੇ ਦੇਖਾਂਗੇ ਵੀ ਕੁਲਬੀਰ ਭਲਵਾਨ ਕਬੱਡੀ ਪਾ ਰਿਹਾ ਹੈ ਸਾਹਮਣੇ ਹੁਣ ਚਾਰ ਜਾਫੀ ਹੈ ਕਿਹੋ ਜਿਹਾ ਕਮਾਲ ਹੋਵੇਗਾ ਖੇਡ ਦੇ ਮੈਦਾਨ ਦੇ ਵਿੱਚ ਤੇ ਸਮਾਂ ਦੱਸੂ ਭਲਵਾਨ ਦੀ ਪਾਈ ਹੋਈ ਕਬੱਡੀ ਤੇ ਚਾਰਾਂ ਜਾਫੀਆਂ ਦੇ ਵਿੱਚੋਂ ਵੱਧ ਕੇ ਕੌਣ ਬੱਲੇ ਬੱਲੇ ਕਰਵਾਊ ਆਪਣੀ ਟੀਮ ਦੇ ਲਈ ਲਓ ਦੇਖਦੇ ਇੱਕ ਪਾਸੇ ਕਹਿੰਦੇ ਲਾਲੇ ਦਾ ਭਤੀਜਾ ਆ ਕਹਿੰਦੇ ਲਾਲੇ ਦਾ ਸਪੁੱਤਰ ਹੈ ਜਿਹਨੇ ਹੁਣ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਕਹਿੰਦੇ ਵੀ ਕੁਲਵੀਰ ਭਲਵਾਨ ਆਪਣੀ ਟੀਮ ਲਈ ਜੋੜਦਾ ਹੋਇਆ ਇਹ ਪੁਆਇੰਟ ਕਹਿੰਦੇ ਵੀ ਭਲੂਰ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਸਾਹਮਣੇ ਕਹਿੰਦੇ ਵੀ ਬੱਬੂ ਹਰ ਸਿਮਰਤ ਬੱਬੂ ਮੁਦਕੀ ਵਾਲਾ ਕਬੱਡੀ ਪਾ ਰਿਹਾ ਹੈ ਬਾਬਾ ਫਰੀਦ ਕਬੱਡੀ ਕਲੱਬ ਐਡਵੈਂਟਰ ਦੇ ਲਈ ਖੇਡ ਹੋਇਆ ਕਹਿੰਦੇ ਵੀ ਇੱਕ ਜਿਹੜਾ ਅਲਬਰਟਾ ਸੂਬਾ ਬੜਾ ਮਸ਼ਹੂਰ ਸੂਬਾ ਕੈਨੇਡਾ ਦਾ ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਦੀ ਗੱਲ ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਕਾਲੂ ਇਸ ਵੇਲੇ ਰਾਜਿਆਂ ਨੇ ਪਿੰਡ ਦਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਤਲਵੰਡੀ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਦੇਖਾਂਗੇ ਵੀ ਨਿਰਭੈ ਖੁਸ਼ ਕੋਟਲੇ ਵਾਲਾ ਲਓ ਸਾਹਮਣੇ ਦੇਖਾਂਗੇ ਵੀ ਨਿਰਭੈ ਦੀ ਪਾਈ ਹੋਈ ਕਬੱਡੀ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਸੀ ਹੁਣ ਦੇਖਾਂਗੇ ਕਿਹੋ ਜਿਹਾ ਕਮਾਲ ਕਰਦੇ ਨੇ ਇੱਕ ਪਾਸੇ ਕਹਿੰਦੇ ਤਲਵੰਡੀ ਭਾਈ ਪਿੰਡ ਹੈ ਤੇ ਨਿਰਭੈ ਦਾ ਪਿੰਡ ਕਹਿੰਦੇ ਖੋਸਾ ਕੋਟਲਾ ਪਿੰਡ ਹੈ ਸੰਤ ਬਾਬਾ ਫਤਿਹ ਸਿੰਘ ਜੀ ਦੀ ਧਰਤੀ ਹੈ ਤੇ ਹੁਣ ਕਹਿੰਦੇ ਵੀ ਜਿਹੜਾ ਡਬਲ ਟੱਚ ਦਾ ਉਲਾਹਾ ਤੇ ਲਿਆਕਤ ਅਲੀ ਬੁੱਲਾ ਕਹਿੰਦੇ ਵੀ ਆਪਣੇ ਸਮੇਂ ਦਾ ਸਿਰੇ ਦਾ ਖਿਡਾਰੀ ਰਿਹਾ ਤੇ ਤਿੰਨ ਵਰਲਡ ਕੱਪ ਹੋਏ ਨੇ ਤਿੰਨਾਂ ਵਰਲਡ ਕੱਪਾਂ ਦੇ ਸੀਟੀਆਂ ਮਾਰੀਆਂ ਕਹਿੰਦੇ ਵੀ ਦਿਆਲਪੁਰੇ ਦੇ ਦੇਵ ਨੇ ਜੋੜੀ ਕਹਿੰਦੇ ਵੀ ਜੋੜੀ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਲਓ ਸਾਹਮਣੇ ਤਲਵੰਡੀ ਵਾਲਾ ਹੀਰਾ ਹੁਣ ਦੇਖਾਂਗੇ ਵੀ ਪੁਆਇੰਟ ਕਿਹੜੀ ਟੀਮ ਦੇ ਲਈ ਜੋੜੂ ਤੇ ਸਮਾਂ ਦੱਸੂ ਪੁਆਇੰਟ ਤਲਵੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇਹ ਕੁਲਦੀਪ ਆ ਕਹਿੰਦੇ ਭਾਂਗਰ ਵਾਲਾ ਜਿਹਨੇ ਪੁਆਇੰਟ ਤਲਵੰਡੀ ਦੀ ਟੀਮ ਲਈ ਜੋੜਿਆ ਹੈ ਕੁਲਦੀਪ ਭਾਂਗਰ ਵਾਲਾ ਕਹਿੰਦੇ ਸਿਰੇ ਦਾ ਪਲੇਅਰ ਹੈ ਲਓ ਸਾਹਮਣੇ ਕੁਲਵੀਰ ਭਲਵਾਨ ਕਬੱਡੀ ਪਾ ਰਿਹਾ ਇਸ ਵੇਲੇ ਕਿ ਜਿੰਮਾਂ ਦੇ ਵਿੱਚ ਜਾ ਕੇ ਮੁੰਡੇ ਮਸਲ ਬਣਾਉਂਦੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਧੁੰਮਾ ਪਾਉਂਦੇ ਨੇ ਚਾਰ ਚਫੇਰੇ ਕਰਦੇ ਦੇਖੇ ਕਈ ਕਮਾਲ ਬਈ ਤੇ ਵਿੱਚ ਸਟਾਰਾ ਨਾ ਆਉਂਦਾ ਏ ਮਿਹਨਤ ਨਾਲ ਬਈ ਵਿੱਚ ਸਟਾਰਾ ਨਾ ਆਉਂਦਾ ਏ ਮਿਹਨਤ ਨਾਲ ਬਈ ਆਪਾਂ ਰੌਲਾ ਨਹੀਂ ਪਾਉਣਾ ਪਿਆਰ ਦੇ ਨਾਲ ਫੈਸਲਾ ਲੈ ਲੈਣਾ ਕਿਉਂਕਿ ਮੈਚ ਸਿਰੇ ਦਾ ਹੈ ਪੂਰਾ ਟੌਪ ਦਾ ਮੈਚ ਖੇਡਿਆ ਜਾ ਰਿਹਾ ਹੈ ਗੁਰਜੰਟ ਸਿੰਘ ਜੀ ਸਾਡੇ ਸੰਧੂ ਕੈਨੇਡਾ ਵਾਲੇ ਉਹਨਾਂ ਨੇ 10,000 ਰੁਪਇਆ ਐਲਾਨ ਕੀਤਾ ਸੀ 65 ਕਿਲੋ ਦੀ ਟੀਮ ਦੇ ਲਈ ਉਹ ਕਿਰਪਾ ਕਰਕੇ ਭੇਜਦਾ ਕਰ ਦੇਣ ਪ੍ਰਬੰਧਕਾਂ ਦੇ ਨਾਲ ਸੰਪਰਕ ਕਰ ਲੈਣ ਗੁਰਜੰਟ ਸਿੰਘ ਜੀ ਸੰਧੂ ਕੈਨੇਡਾ ਵਾਲੇ ਬੇਨਤੀ ਹੈ ਵੀ ਪ੍ਰਬੰਧਕਾਂ ਦੇ ਨਾਲ ਸੰਪਰਕ ਕਰ ਲੈਣ 10,000 ਰੁਪਇਆ ਆਪਾਂ ਜਿੱਤੀ ਟੀਮ ਨੂੰ ਦੇਣਾ ਹੈ ਰਾਮ ਸਾਡਾ ਵੀਰ ਗਰਾਊਂਡ ਦੇ ਵਿੱਚ ਆ ਜਾਵੇ
राम साडा वीर ग्राउंड दे विच आ जावे मेरी बेनती है। लो सामने देखते हैं भी हूँ पॉइंट जिहड़ा भलूर की टीम के उससे जुड़ता हुआ तो कहते भी न्यूजीलैंड इटली कहते भी काफी सारे देशों के खेडना जे परमात्मा ने कृपा की साडे वीर गिंदरी होनी नारे होनी तो कहते भी पब्बे लंडे पिंड का पेंदा परमात्मा ने कृपा की सारे विदेश खेडणगे आप सब जो है उस समय का इंतजार करांगे। राम संधु साडा वीर ग्राउंड के पहुंचे कृपा करके राम संधु नूं बेनती है भी कृपा करके ग्राउंड के आ जाए मेरी बेनती है। लो सामने खोसे कोटले वाले निरभय की पाई हुई कबड्डी कृपा कबड्डी खेडण लई मिलदे रहन खुले डुले वीजे इन्हां खिडारियों के ताने पानी विच लिख दे कनेडा जो तू बर्गर पीजे रहन नशा तो दूर ते कर्म शरीर की केर मालका रखी तू कबड्डी उत्ते मेर मालका रखी तू कबड्डी उत्ते मेर मालका दिन खंभा तो कदे कबूतर अंबरी उड़दे ना उमर वक्त ते पानी कदे पछा नू मुड़दे ना उमर वक्त ते पानी कदे पछा नू मुड़दे ना। राम संधु ग्राउंड के विच आ जावे साडा वीर राम संधु नू बेनती है भी वह ग्राउंड के विच आ जावे। सुरजीत सिंह जी बराड उन्हां दे परिवार वालों बघेली की टीम के जिन्हें भी प्लेयर है दो टीम घरों दिते जाने हैं आप धन्यवाद करते हैं सुरजीत सिंह जी बराड़ के परिवार का विशेष तौर पर धन्यवाद है। दो टीम जिहड़े घरों दिते जाने बघेली की टीम क्योंकि नौजवान बलजीत होने ने गगन होने ने कहते भी जिहड़ा नारे होने ने गिंदरी होने ने टॉप का प्रदर्शन किया है तो हुण कहते भी जिहड़ा गफा खा बैठा कुलवीर पलवान नौजवान भलूर वाला तो पॉइंट जिहड़ा पलवंडी की टीम के हिस्से जुड़ता हुआ खेड के मैदान के अगली कबड्डी देखांगे भी कौन पावेगा ये समा दसू। लो सामने कहते भी ठंडे ठार पानी की घुट भरी है पलवंडी वाले हीरे ने लो हीरे की पाई हुई कबड्डी खेड के मैदान के चार गाफी कहते भी दो नंबर से नौजवान राजियां ने पिंड का नाल कहते भी गुरप्रीत भलूरवा तीन साल कनेडा खेड है एक पासे कहते फौजी है दो नंबर से कहते भी बूटा नौजवान है हूँ चार जाफी है चारा के वध के कौन बल्लो बल्लो करवाऊ अपनी टीम के लिए। लो सामने हीरे की पाई हुई कबड्डी तो दो नंबर तो कहते भी बूटा भलूर वाला करता कोशिश खेड मैदान के जिमें सिपी के पैदा होन मोटी जिमें चलन गल् कित रन दियां ने जो जाबर कोई जनता पर जुलम करता उदो वीर दियां तेगा बन दियां ने एक एक लाल तो लखां दा हार बनता कौमां नाल कुर्बानियां दे बन दियां ने शेरनी दे बच्चे तो मित्रों कई होंगे पर बबर शेर पुत एक ही शीणियां जानदियां ने शेरनी दे बच्चे तो मित्रों कई होंगे पर बबर शेर पुत एक ही शीणियां जानदियां ने। साढ़े प्रबंधक वीर कहते भी आप फिर धन्यवाद करते हैं सारे नगर का जिन्होंने बड़े सहयोग दिते ने साढ़े वीर भोले होनी प्रबंधक कमेटी वीर निमे प्रधान होनी खीरे होनी कहते भी गिंदरी होनी कहते सारी उम्र असं जो लेखा नहीं दे सकते पिंड का नगर का लेखा नहीं दे सकते जिन्होंने सहयोग बड़ा दिता है और वाकई जिथे बड़े प्रबंध ने दानी वीर ने बड़ा दान दिता है तो वह भी कहते लेखे लगा है क्योंकि प्लेयर टॉप के पुजे ने इस धरती से हुण सुखा दसू भी कौन जितया इस मैच के साडा वीर सुखा दसू भी सुखे होनी कहते भी दो सुखे है ये तलवंडी की टीम जी जेतू रही है फाइनल दे विच पहुंच गई है तलवंडी की टीम ते कला ना डांग खड़कनी है। कलां की टीम ग्राउंड के आ जाए तो तलवंडी की टीम जी पांच मिनट की रेस्ट है लंगोटे ढिले करके फिर कस लो तलवंडी की टीम बेनती है। फाइनल खेडिया जाना है तलवंडी की टीम बेनती है भी तुम जल्दी गगने भी लंगोटे ढिले करके फिर कस लो वाकई कहते भी सारा जिहड़ा नगर वधाई दिंदा प्रबंधक वीर क्योंकि बड़ा उपराला है कहते भी आस तो वध टीम पुजियां ने इहो जे मैच भी अज काफी दिनों के पहली बारी देखे है मैच काफी हो अपने इलाके दे विच पर इहो जे मैच कहते भी कितने कताई देखने मिलते सारा नगर मुबारक दे रहा है। साड़ी 15,000 रुपया कश्मीर सिंह जी उन्होंने लान किया 65 किलो की टीम दे दिता
गुरजंट सिंह जी बेनती करते भी कृपा करके संपर्क कर लेन भाई राम संधु नूं बेनती है राम संधु साडा वीर संपर्क कर लवे प्रबंधकां दे नाल मेरी बेनती है भाई घर लगा टीम तक ग्राउंड दे विच पहुंचे बड़ी खुशी की गल मैं पहला भी गल सांझी कीती सी गुरप्रीत साडे नगर का वीर है जो मालवा क्लब के विच जगदेव साडा वीर ऐलान करते हैं भी पब्बे लंडे वाला पिंदा गिंदरी बंगेले वाला ते नारा बंगेले वाला कहिंदे न्यूजीलैंड खेडणगे ऐतकी दर्शक वीरों नूं बेनती भी जोर वाला पहाड़ी मारीए इन्हां वीरां दे नाल दे उत्तर क्योंकि कहिंदे भी जिहड़ा नाम उच्चा हो जांदा खानदान दा जिन्हां दे पुत कबड्डी खेडदे है मालवा क्लब न्यूजीलैंड वालों खेडणगे साडे वीर नारा गिंदरी कहते भी पिंदा साडा वीर पब्बे लंडे वाला जिम्मे कहते भी गिंदरी जिहड़ा ना कबड्डी के सजरे तूफान का पुत जिन्ना मामा दे कबड्डी खेड दे ना उच्चा हो जाए सारे खानदान का कहते भी ना उच्चा कर दिता साडे वीर ने नारे वर्गे कहते भी सिरे दे प्लेयर है गिंदरी वर्गे ते पिंदे वर्गे और जो जूनियर प्लेयर है उन्होंने तो भी आप इन्हों वाली आसा रखते हैं भी परमात्मा बल बख्शे और पांच मिनट की रेस्ट होगी दोनों टीमों पांच मिनट तो बाद टीम ग्राउंड च आ जाए और वाकई कहते भी अब पिंड टीम भी खेडिया ने मुंडे बलजीत वर्गे टॉप के प्लेयर खेडे गगन होनी सारी जे प्रेम होनी राम होनी आप धन्यवाद करते हैं गिंदरी वर्गे खेडे ने नारे वर्गे खेडे ने कहते भी टॉप के प्लेयर खेडे किसी टीम का कोई पक्षपात नहीं किया गया संत बाबा बलदेव सिंह जी जोगे वाला संत बाबा रेशम सिंह जी खुखराने वाले कहते भी बड़े आशीर्वाद है उन्होंने बड़ा हाथ है उन्हों का कि साधु संत फकीर खुदा दे असली मर्द सियाने जेडे मुंह चो वाक निकल गए वह बिरथे नहीं जाने महापुरशों की कहते बड़ी कृपा है और इन्हों प्रबंधक वीर ने भी वोट आसरा लैके कबड्डी कप की शुरुआत की कहते भी पूरे जोबन से है तो हम कहते भी निर्विघन जो समाप्ति के वल वध रहा है और परमात्मा ने एड्डी कृपा रखी भी किसी पॉइंट से कोई रौला रप्पा नहीं पिया जी माड़ी मोटी उन्नी इक्की तो होंगी आई है पर कोई भी रौला नहीं पिया परमात्मा की एड्डी कृपा रही है मुबारकबाद है प्रबंधक वीर जिन्ना जिन्ना वीर ने अगले साल ऐलान किया सारे ही रैफरी ग्राउंड के आ जाए सारे ही रैफरी जिन्हें भी रैफरी आ सारे रैफरी ग्राउंड के आ जाए मेरी बेनती है हेलो जेडे वीर रैफरी वीर बेनती है भी रैफरी वीर ग्राउंड के आ जाए कृपा करके रैफरी वीर बेनती है तो फाइनल दी टीम भी खेड़ मैदान के आ जाए हाँ जी भाई दोनों टीम जल्दी जल्दी ग्राउंड च पहुंचन जी नाल ही आप धन्यवाद करते जिन्हें वीर ने अगले साल इनाम देने का अनाउंस करवाया ऐलान करते हैं साडे वीर कश्मीर सिंह जी कनेडा सरब सरदार हरनेक सिंह जी 51,000 देंगे क्लब के लिए 51,000 रुपया कश्मीर सिंह जी वालों दिता जाना है 21,000 रुपया साडे वीर गुरज सभा न्यूजीलैंड उहदे वल्लों 21,000 रुपया दिता जाना है तो साडा वीर मनदीप संधु कहिंदा भी ओपन का जिन्ना भी नाम रखोगे उन्ना देवे साडा वीर मनदीप
संधू कहता भी जिन्ना भी नाम रखोगे उपन का उन्ना ही नाम देवे। इकबाल सिंह जी ग्रीस वालों 25,000 का ऐलान कर दो है, उन्हों का भी धन्यवाद है जिन्हें भी वीर ने ऐलान करवाया सारा का विशेष तौर पर धन्यवाद है। हाँ भाई जी कल करा तलवंडी टीम को बेनती है जल्दी जल्दी ग्राउंड चाहो जी। मनदीप साडा वीर कहते भी सिद्धुआ का मुंडा है जिन्हें ऐलान किया भी जिन्ना भी नाम रखोगे उन्ना नाम देवे। इकबाल चहल ग्रीस वाले कश्मीर सिंह जी कनेडा गुरजंट कनेडा सारे वीर का धन्यवाद है। मैच शुरू करवा दिता जाए मेरी बेनती है, हनेरा काफी हो चुके हैं, मेरी बेनती है भी मैच शुरू करवा दी आप। भाई टीम भाई आओ वीर बन के छेती आओ, कोई भी वीर जी की ड्यूटी नहीं होगी वो ग्राउंड के ना जाए, कोई भी शराब पी के ना ग्राउंड के आए मेरी बेनती है। जिसकी ड्यूटी नहीं हैगी ग्राउंड के ना जाए मेरी बेनती है। जिन्हों वीर की ड्यूटी नहीं हैगी प्रबंधक वीर कहते भी वो ग्राउंड के ना जा मैच शुरू करवा दिता जाए कृपा करके, क्योंकि फाइनल मैच है हूँ, फाइनल मैच खेडा जाना है। संत बाबा बलदेव सिंह जी जोगे वाला विशेष तौर पर पुजे ने आशीर्वाद देने के लिए, संत बाबा रेशम सिंह जी खुखराने वाले बड़ी कृपा कहते भी लागे भर दी संगतों से आप धन्यवाद करते हैं। रैफरी ग्राउंड के आ जाए मैच शुरू करवा दिता जाए, टीम ग्राउंड च आ जाए। असि दोनों टीम का 2,000 रुपया कट लेना है, जो टीम 5 मिनट लेट हो गया दोनों टीम का 2,000 रुपया जो फाइन होगा प्राइज के प्राइज के 2,000 रुपया असं कट लेना है। टीम बेनती है तलवंडी से कल दोनों टीम का 2,000 घट जाना है। नाल ही साडा वीर भोला कहते भी अवतार भोला चेयरमैन है इस क्लब का, साडा वीर पंजाबी बोलों को खुश होकर 100 रुपए के बड़े मान सम्मान दे गया है, क्योंकि गुरु महाराज की बख्शी हुई और परमात्मा की बड़ी कृपा इस ग्राउंड के उपर। मेरी बेनती है भी कोई शराब पी के ग्राउंड के ना जाए, क्योंकि आप रब वांगू पूजते हैं तो जेडे पलवान रब का रूप होंगे है, आप शराब पी के ग्राउंड के नहीं जाना, बाहर बैठे बह के आप आनंद मानना है, बाहर बैठ के आप सारे ने आनंद मानना इस मैच का। कोई साडा वीर शराब पी के ग्राउंड के ना जाए, क्योंकि आप रब मानते हैं प्लेयरों, क्योंकि कबड्डी के सिर तो पता नहीं किन्ने घर तुरते हैं किन्ने घर की गरीबी तकती है, असं ये खेड को रब मानते हैं ग्राउंड को पूजते हैं। साडे प्रबंधक वीर ने 2,000 रुपया पासे कर लिया, कहते भी फाइन करना 2,000 रुपया जो टीम लेट हो गई। हेलो हाँ जी भाई राम सिंह संधु वालों बेनती है 10,000 रुपये का नाम अनाउंस किया जी 65 किलो की टीम को कल लै लैन। गुरजंट सिंह कल नाम अनाउंस किया कल 65 किलो टीम वास्ते राम सिंह संधु तो कल लै लैन जी। बड़ा धन्यवाद करते हैं गुरजंट सिंह जी तो भाई राम सिंह जी, वो कहते भी कल जो 10,000 रुपया दे दिता जाएगा जी पिंड की टीम फर्स्ट रही है। साडी बेनती है भी फाइनल दीआं टीमां ग्राउंड च आ जाण, फाइनल दीआं टीमां ग्राउंड च आ जाण मेरी बेनती है। 5 मिनट का समा दिता सी ते टाइम समाप्त हो गया है, हुण कहिंदे भी जिहड़ा फाइन होवेगा प्राइज दे विचों, मेरी बेनती है फाइन करांगे असीं प्राइज दे विचों। टीमां लेट है दोनों टीमों नूं मेरी बेनती है टीमां ग्राउंड दे विच आ जाण, दोनों टीमों नूं मेरी बेनती है टीमां ग्राउंड दे विच आ जाण कृपा करके काफी समय तो। हाँ भाई जी गुरप्रीत सिंह सन ऑफ कश्मीर सिंह न्यूजीलैंड वाला वालों जो 65 किलो जो बघेले का खिलाड़ी खेडता है बलजीत सिंह, जेकर वो कहते 2 साल हो गए कबड्डी खेडूगा उन्होंने वालों स्पैशल वीजा लगा के न्यूजीलैंड का दिता जाएगा। जेडे जोर नाल वाकई कहते भी दर्शकों दी ताड़ियों तो पता लगता लोगों के मन लग्या दा, दुनिया पूजती योध्या नूं ते कोई ना नहीं लैंदा भज्जिया दा, वाकई कहते भी ताड़िया के नाल स्वागत किया इस फैसले का। मेरी बेनती है फाइनल दीआं टीमां ग्राउंड च आ जाण, फाइनल दीआं टीमां असीं सक्रैच कर लगे हैं, फाइनल दीआं टीमां ग्राउंड च आ जाण। कल्लां दी टीम आ गई है साढ़े वीर लखे होनी पुज गए ने, तलवंडी की टीम नूं बेनती है तलवंडी की टीम ग्राउंड च आ जावे, तलवंडी की टीम नूं बेनती है।
ਸਾਡੇ 15 ਦੇ 16 ਦਾ ਮੈਚ ਖੇਡਿਆ ਜਾਣਾ ਹੈ ਸਾਡੇ 15 ਦੇ 16 ਦਾ ਮੈਚ ਖੇਡਿਆ ਜਾਣਾ ਹੈ ਪ੍ਰਬੰਧਕ ਵੀਰਾਂ ਨੂੰ ਬੇਨਤੀ ਵੀ ਆਪਾਂ ਗਰਾਊਂਡ ਕਲੀਅਰ ਕਰਕੇ ਪਲੇਅਰਾਂ ਨੂੰ ਦੇ ਦਈਏ ਹੁਣ ਹਾਂਜੀ ਬਾਈ ਜੀ ਗਰਾਊਂਡ ਖਾਲੀ ਕਰ ਦੋ ਤਾਂ ਕਿ ਮੈਚ ਸ਼ੁਰੂ ਕਰਾਇਆ ਜਾਵੇ ਸਾਡੇ 15 16 ਦਾ ਮੈਚ ਹੋਊਗਾ ਵਾਕਈ ਕਹਿੰਦਾ ਵੀ ਬੱਲੇ ਬੱਲੇ ਹੋਣੀ ਹੈ ਗਰਾਊਂਡ ਆਪਾਂ ਕਲੀਅਰ ਕਰਕੇ ਪਲੇਅਰਾਂ ਨੂੰ ਦੇ ਦਈਏ ਸਾਡੇ 15 ਦੇ 16 ਦਾ ਫਾਈਨਲ ਮੈਚ ਖੇਡਿਆ ਜਾਣਾ ਹੈ ਪਾਣੀ ਵਾਲੇ ਤੇ ਪੁਆਇੰਟਾਂ ਵਾਲੇ ਵੀਰ ਤੋਂ ਬਿਨਾਂ ਕੋਈ ਵੀ ਸੱਜਣ ਗਰਾਊਂਡ ਦੇ ਵਿੱਚ ਨਾ ਜਾਵੇ ਇਹ ਬੇਨਤੀ ਆ ਮੇਰੀ ਜਿੰਨੇ ਵੀ ਤੁਸੀਂ ਪਿਆਰ ਕਰਦੇ ਹੋ ਇਹਨਾਂ ਖੇਡਾਂ ਨੂੰ ਇਸ ਗਰਾਊਂਡ ਨੂੰ ਉਹ ਸਾਰੇ ਵੀਰ ਬਾਹਰ ਰਹਿਣਗੇ ਜਿਹੜਾ ਬਾਹਰ ਰਹਿ ਕੇ ਨਜ਼ਾਰਾ ਆਉਣਾ ਉਹ ਗਰਾਊਂਡ ਦੇ ਵਿੱਚ ਨਜ਼ਾਰਾ ਨਹੀਂ ਆਉਣਾ ਮੇਰੀ ਬੇਨਤੀ ਆ ਵੀ ਆਪਾਂ ਬਾਹਰ ਬੈਠ ਕੇ ਨਜ਼ਾਰਾ ਵੇਖਣਾ ਹੈ ਜਿੰਨੇ ਵੀ ਵੀਰ ਹੈ ਸਾਡੇ ਉਹ ਕਿਰਪਾ ਕਰਕੇ ਬਾਹਰ ਆ ਜਾਣ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਗਰਾਊਂਡ ਕਲੀਅਰ ਕਰਕੇ ਖਿਡਾਰੀਆਂ ਨੂੰ ਦੇ ਦਈਏ ਹੁਣ ਕਿਉਂਕਿ ਸਾਰੇ ਕਬੱਡੀ ਕੱਪ ਦਾ ਨਿਚੋੜ ਨਿਕਲਣਾ ਦੋ ਟੀਮਾਂ ਕਹਿੰਦੇ ਵੀ ਜਿਹੜੀਆਂ ਫਾਈਨਲ ਦੇ ਵਿੱਚ ਪੁੱਜੀਆਂ ਨੇ ਬੇਨਤੀ ਕਰਦੇ ਆ ਤਲਵੰਡੀ ਦੀ ਟੀਮ ਨੂੰ ਕਲੀ ਵਾਲੇ ਵੀਰ ਨੂੰ ਬੇਨਤੀ ਆ ਵੀ ਲਾਈਨਾਂ ਮਾਧਮ ਪੈ ਗਈਆਂ ਤੂੰ ਵੀ ਜਗਮਗ ਜਗਮਗ ਕਰਾ ਦੇ ਬੇਨਤੀ ਆ ਕਲੀ ਵਾਲੇ ਵੀਰ ਨੂੰ ਵੀ ਕਲੀ ਪਾ ਦੇਵੇ ਜਿੱਥੇ ਵੀ ਲੋੜ ਹੈ ਕਲੀ ਬਰੀਕ ਬਰੀਕ ਪਾਉਣੀ ਆ ਮੋਟੀ ਨਾ ਕਲੀ ਪਾਈ ਮੇਰਾ ਵੀਰ ਵੱਡਾ ਧੰਨਵਾਦ ਆ ਕਲੀ ਵਾਲੇ ਵੀਰ ਦਾ ਜਿਹੜੀ ਕਲੀ ਉਹ ਬਰੀਕ ਬਰੀਕ ਪਾਉਣੀ ਆ ਮੋਟੀ ਕਲੀ ਤੇ ਜੱਜਮੈਂਟ ਨਹੀਂ ਹੁੰਦੀ ਕਿਉਂਕਿ ਹਨੇਰਾ ਹੈ ਤੇ ਬਾਅਦ ਦੇ ਵਿੱਚ ਜਿਹੜੀ ਤੂੰ ਤੂੰ ਮੈਂ ਹੁੰਦੀ ਹੈ ਇਹ ਆਪਾਂ ਨਹੀਂ ਚਾਹੁੰਦੇ ਵੀ ਕਿਉਂਕਿ ਸਾਰਾ ਦਿਨ ਕਿੱਡੀ ਕਿਰਪਾ ਰਹੀ ਹੈ ਇਸ ਧਰਤੀ ਦੇ ਉੱਪਰ ਪਰਮਾਤਮਾ ਦੀ ਲਓ ਟੀਮਾਂ ਦੋਨੇ ਖੇਡ ਦੇ ਮੈਦਾਨ ਦੇ ਵਿੱਚ ਪੁੱਜ ਗਈਆਂ ਨੇ ਦੋਨੇ ਟੀਮਾਂ ਗਰਾਊਂਡ 'ਤੇ ਪੁੱਜ ਗਈਆਂ ਨੇ ਤੇ ਮੈਚ ਕਹਿੰਦੇ ਪੂਰਾ ਟੌਪ ਦਾ ਖੇਡਿਆ ਜਾਣਾ ਹੈ ਤੇ ਦਰਸ਼ਕਾਂ ਨੇ ਵੀ ਕਹਿੰਦੇ ਮੁੱਠੀਆਂ ਬੰਦ ਕਰ ਲਈਆਂ ਕਹਿੰਦੇ ਵੀ ਦੰਦਾਂ ਥੱਲੇ ਜੀਭਾਂ ਬੋਲੀਆਂ ਕੌਣ ਜਿੱਤ ਕੇ ਜਾਵੇਗਾ ਬਘੇਲੇ ਦਾ ਕਬੱਡੀ ਕੱਪ ਸੁਰਜੀਤ ਸਿੰਘ ਜੀ ਬਰਾੜ ਦੇ ਪਰਿਵਾਰ ਦੇ ਵੀਰ ਐਲਾਨ ਕਰਦੇ ਆ ਵੀ 65 ਕਿਲੋ ਦੀਆਂ ਟੀਮਾਂ ਦੇ ਦੋਨੇ ਇਨਾਮ ਦਿੱਤੇ ਜਾਣਗੇ ਅਗਲੇ ਸਾਲ ਜ਼ੋਰ ਨਾਲ ਤਾੜਾ ਮਾਰ ਦਿਓ ਇੱਕ ਵਾਰੀ ਸੁਰਜੀਤ ਸਿੰਘ ਜੀ ਬਰਾੜ ਤਰਸੇਮ ਸਾਡੇ ਵੀਰ ਦਾ ਫੋਨ ਆਇਆ ਵੀ ਅਗਲੇ ਸਾਲ ਕਹਿੰਦੇ ਵੀ 65 ਕਿਲੋ ਵਰਗ ਦਾ ਪਹਿਲਾ ਤੇ ਦੂਜਾ ਇਨਾਮ ਦੋਨੇ ਇਨਾਮ ਦਿੱਤੇ ਜਾਣੇ ਆ ਨਿੰਮੇ ਬਾਈ ਨੋਟ ਕਰ ਲਈ ਕਾਪੀ ਦੇ ਉੱਪਰ ਕਿਉਂਕਿ ਐਲਾਨ ਕਰਦੇ ਆ ਟੀਮਾਂ ਪਹੁੰਚ ਗਈਆਂ ਜੀ ਦੋਨੇ ਟੀਮਾਂ ਗਰਾਊਂਡ 'ਚ ਪਹੁੰਚ ਗਈਆਂ ਨੇ ਮੈਚ ਸ਼ੁਰੂ ਕਰਾ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਵੀ ਗਰਾਊਂਡ ਕਲੀਅਰ ਕਰ ਦਈਏ ਆਪਾਂ ਮੇਰੀ ਬੇਨਤੀ ਆ ਗਿੰਦਰੀ ਵੀਰ ਇਹਨਾਂ ਦੀ ਡਿਊਟੀ ਆ ਵੀਰ ਬਣ ਕੇ ਉਹ ਗਰਾਊਂਡ 'ਚ ਜਾਣ ਬਾਕੀ ਸਾਰੇ ਸੱਜਣ ਮਿੱਤਰ ਬਾਹਰ ਆ ਜਾਓ ਜਿਹੜੇ ਸੱਜਣਾਂ ਨੂੰ ਬਿਠਾ ਲਈ ਆਪਾਂ ਗਿੰਦਰੀ ਵੀਰ ਇਹਨਾਂ ਨੂੰ ਬਿਠਾ ਲਓ ਕਿਰਪਾ ਕਰਕੇ ਸਾਡੀ ਬੇਨਤੀ ਆ ਵੀ ਮੈਚ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇ ਕਿਰਪਾ ਕਰਕੇ ਮੇਰੀ ਬੇਨਤੀ ਹੈ ਵੀ ਮੈਚ ਖੇਡ ਦੇ ਮੈਦਾਨ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇ ਕਿਰਪਾ ਕਰਕੇ ਹਾਂਜੀ ਬਾਈ ਜੀ ਕਮੇਟੀ ਦਾ ਫੈਸਲਾ ਦੋਵਾਂ ਟੀਮਾਂ ਨੂੰ ਸਹੁੰ ਖਵਾ ਕੇ ਜੇ ਰਣ ਦੀ ਸ਼ੱਕ ਦਾ ਸਹੁੰ ਖਵਾਈ ਜਾਊਗੀ ਫੇਰ ਮੈਚ ਆਊਗਾ ਸਹੁੰ ਖਵਾਈ ਜਾਣੀ ਹੈ ਦੋਵਾਂ ਟੀਮਾਂ ਕੱਟੀਆਂ ਜਾਣਗੀਆਂ ਜੀ ਸਹੁੰ ਖਵਾਈ ਜਾਣੀ ਹੈ ਕੋਈ ਮੈਚ ਵੀ ਕਹਿੰਦੇ ਰਲ ਕੇ ਨਹੀਂ ਲੱਗਾ ਤੇ ਇਸੇ ਸਹੁੰ ਨੇ ਕਹਿੰਦੇ ਵੀ ਕਈ ਟੀਮਾਂ ਬੋਦੇ ਤੇ ਕਰਤੀਆਂ ਜਿਹੜੀਆਂ ਟੀਮਾਂ ਸੈਮੀ ਫਾਈਨਲ ਹਾਰੀਆਂ ਨੇ ਵਾਕਈ ਕਹਿੰਦੇ ਵੀ ਮੈਚ ਸਵਾਦ ਆ ਗਿਆ ਤੇ ਕਿਸੇ ਨੇ ਝੂਠੀ ਸਹੁੰ ਨਹੀਂ ਖਾਣੀ ਇਹ ਵੀ ਮੇਰੀ ਬੇਨਤੀ ਹੈ ਕਿਸੇ ਨੇ ਝੂਠੀ ਸਹੁੰ ਨਹੀਂ ਖਾਣੀ ਮੇਰੀ ਬੇਨਤੀ ਹੈ ਭਰਾਵੋ ਫੇਰ ਨਾ ਆਖਿਓ ਜਿਹੜਾ ਝੂਠੀ ਸਹੁੰ ਖਾ ਗਿਆ ਉਦੋਂ ਹੀ ਬਾਂਦਰ ਲੰਡਾ ਹੋ ਜਾਣਾ ਫੇਰ ਨਾ ਆਖਿਓ ਵੀ ਝੂਠੀ ਸਹੁੰ ਨਹੀਂ ਖਾਣੀ ਕਿਸੇ ਨੇ ਮੇਰੀ ਬੇਨਤੀ ਹੈ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਕੱਲ ਕੱਲ ਵਰਸਿਜ ਤਲਵੰਡੀ ਭਾਈ ਦਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ ਹਾਂਜੀ ਬਾਈ ਜੀ ਕਮੇਟੀ ਦਾ ਫੈਸਲਾ ਜਿੰਨਾ ਚਿਰ ਸਹੁੰ ਨਹੀਂ ਖਾਂਦੇ ਨਾ ਉਹਨਾਂ ਚਿਰ ਨਹੀਂ ਮੈਚ ਆਉਣਾ ਹੈ ਤੇ ਬਾਈ ਕੁਲਵਿੰਦਰ ਇੱਥੇ ਮਿਲੇ ਆ ਕੇ ਵਕੀਲ ਨੂੰ ਸਟੇਜ ਕੋਲੇ ਦੋਨੇ ਟੀਮਾਂ ਨੇ ਸਹੁੰ ਖਾ ਲਈ ਹੈ ਸਹੁੰ ਦੋਨੇ ਟੀਮਾਂ ਨੇ ਮੈਚ ਹੁਣ ਪੂਰਾ ਟੌਪ ਦਾ ਖੇਡਿਆ ਜਾਣਾ ਹੈ
रेफरियां नूं बेनती है भी मैच कराउण दी जिम्मेवारी हुण तुहाडी है। बुल्ले भाई भाई देव तुहानूं वैसे कहण दी लोड़ ते नहीं हैगी, तुसीं ना बॉर्डर ते लैण ते भी ड्यूटियां ला दो जिहदियां लाउणियां है, नाल ही जिन्हां दी ड्यूटी है वह ग्राउंड च रहणगे। बाकी वीर कृपा करके बाहर आ जाण, हुण आपां सारे मुठियां बंद करके मैच देखांगे, आपां सारे जिहड़े शांत रह के मैच देखांगे। रेफरी जी नूं बेनती है पूरी तरह इहनां दा वधिया मैच होना चाहीदा, कोई रौला नहीं पैणा चाहीदा। साढ़े भीर मनप्रीत होनी कहते भी आप बाहर बैठ के मैच देखना है, वह साढ़े 1500 का क्या सी मनप्रीत साडा भीर कहते भी मीत प्रधान है बड़ा मान सम्मान भेज गया, धन्यवाद करते हैं। साढ़े 12 ठीक है जी, 12.5-13 का कर दो, 12.5-13 हाँ भाई जी कमेटी का फैसला 1500-16 ही रहने गई, कोई नहीं बदलो बोला हूं। बलजीत कहते भी ठीक है, ठीक है बलजीत कहते भी सिरे का प्लेयर है उदो फादर साहब जलो वालों जो 500 रुपया दिता गया बघेले की टीम 65 किलो की टीम अपने सपुत्र के लिए दिता गया भाई जी कमेटी वाले नहीं मानते 1500-16 ही रहने हैं। हाँ जी भाई जी इन्ने ही रहने इन्ने जिथे भाई 10-11 करो 2-4 होर खेल लो की फर्क पैंदा यार। मैच शुरू करवा दी आप, हाँ भाई जी जल्दी मैच स्टार्ट करो। भाई जी 1500 ही रहने, कृपा करके मैच स्टार्ट करो यार छेती, इन्होंने हम चार चार कौटियां पै जानी जी। मैच शुरू करवा दिता जाए कृपा करके, क्योंकि हनेरा बहुत हो गया भरावो, बड़ी दूर दूर जाना है। एक गल मैं कहनी नहीं चाहता क्योंकि रात को कई बार पोलों से खड़ जाते मोड़ा से खड़ जाते हैं, पहला पैसे मांगते हैं, जे पैसे ना हो तो फिर घसुन मारते हैं। मेरी बेनती है कृपा करके भरावो बड़ी दूर जाना, मैच शुरू करवा दो क्योंकि मेरे धोबी पलटे लगे है, मेरा पैर डर लगता है। भाई रेफरी वीरां नूं बेनती है छिड़ी मारो तो मैच स्टार्ट करो, उधर लाइट वाला वीर जा रहा है, लाइट नहीं जा रही तो पिछे लाइट जगाओ। मैच शुरू करवा दिता जाए कृपा करके बेनती है। हाँ भाई आला आला लाइट वाला वीर पहुंचे छेती यार, उसे लाइट नहीं जगती मगर। मैच शुरू करवा दिता जाए कृपा करके, नाल ही पंजाब लाइव वन का धन्यवाद करते हैं जिन्होंने कहते भी साडा भी लाइटा जगा दो जी, गबर साउंड नूं बेनती है भी लाइटा जगा दो, जिहड़ियां लाइटा बंद ने लाइटा जगा दो कृपा करके, लाइटा जगा दित्तियां जाण साडी बेनती है, क्योंकि लाइटा जिहड़ियां गबर साउंड जी बड़ी प्यारी साउंड है, रोशनी कहिंदे भी पूरी सिरे दी करती है ग्राउंड दे विच। बड़ा धन्नवाद है साडे वीर गबर साउंड वालियां दा, क्योंकि कुछ लाइटा जिहड़ियां जदों मूवी बनदी है कैमरे दे मूहरे डिक्का पाउंदियां ताहीं बंद कीतियां ने कुछ लाइटा, वो कैमरे को डिक्का पैंदा है लाइटा जिहड़ियां बंद है, इस लाइट का जिहड़ा मूंह आ उधर नूं कर दो। साडी बेनती है भी क्योंकि जिहड़ा हर एक प्लेयर आ वो नजर नहीं आता, इसे करके कई बार कैमरे को प्रॉब्लम आती है। और साडे वीर हैप्पी ने हुणे दस्सिया कहिंदा भी 80,000 दर्शक जुड़े से अज इस कबड्डी कप के नाल नैट के जरिए, 80,000 जिहड़े दर्शक जुड़े से नैट के जरिए इस कबड्डी कप के नाल, 80,000 दर्शकों ने आनंद माणिया है। कहिंदे भी जिहड़ी साइड खुली सी 80,000 दर्शकों ने आनंद माणिया है, जो विदेशों के विच बैठे ने पूरी दुनिया के विच बैठे ने। वाकई बड़ी मुबारकबाद है पंजाब लाइव आने वाले साडे वीर डरोली वाले, कहिंदे भरा भाई इंद्रजीत कहिंदे भी चलता फिरदा कंप्यूटर है, ते कहिंदे टॉप दीआं फोटो खिंचदा साडा वीर गगन हैप्पी साडा वीर है नीटे वर्गे, ते जस ने कहिंदे भी पूरी चलती कर दो पिछे जा गए। मैच शुरू करवा दिता जाए कृपा करके, मैच शुरू करवा दिता जाए मेरी बेनती है। हाँ भाई गब्बर साउंड
ਕਿੱਥੇ ਆ ਬਾਈ ਯਾਰ ਜਗਾ ਲੈਣ ਜਾ ਕੇ ਛੇਤੀ ਮੈਚ ਸਟਾਰਟ ਕਰਾਉਣਾ ਠੀਕ ਆ ਜੀ ਹਾਂਜੀ ਇਹਨਾਂ ਦਾ ਟਾਈਮ ਹੁਣ ਥੋੜ੍ਹਾ ਘੱਟ ਕਰ ਦਿੱਤਾ ਗਿਆ ਬਾਰਾਂ ਸਾਢੇ ਗਿਆਰਾਂ ਬਾਰਾਂ ਦਾ ਆਊਗਾ ਸਾਢੇ ਬਾਰਾਂ ਤੇ ਤੇਰਾਂ ਦਾ ਮੈਚ ਹੋਣਾ ਹੈ ਚਲੋ ਠੀਕ ਹੈ ਸਾਢੇ ਬਾਰਾਂ ਤੇ ਤੇਰਾਂ ਠੀਕ ਹੈ ਗਿਆਰਾਂ ਤੇ ਬਾਰਾਂ ਠੀਕ ਹੈ ਜੀ ਸਾਢੇ ਗਿਆਰਾਂ ਤੇ ਬਾਰਾਂ ਚੱਲ ਕੋਈ ਨੀ ਹਾਂ ਬਾਈ ਜੀ ਇੱਕ ਕਲੀਅਰ ਕਰ ਲਓ ਸਾਢੇ ਗਿਆਰਾਂ ਦੇ ਬਾਰਾਂ ਲਓ ਦੇਖਦੇ ਹਾਂ ਵੀ ਜਿਹੜਾ ਮੈਚ ਉਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਇੱਕ ਪਾਸੇ ਕਹਿੰਦੇ ਵੀ ਜਿਹੜੀ ਤਲਵੰਡੀ ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਕਹਿੰਦੇ ਵੀ ਘੱਲਾਂ ਦੀ ਹੈ ਦੋਨੇ ਟੀਮਾਂ ਕਹਿੰਦੇ ਸਿਰੇ ਤੇ ਪਲੇਅਰਾਂ ਦੇ ਨਾਲ ਲੈਸ ਟੀਮਾਂ ਨੇ ਹੁਣ ਮੈਚ ਪੂਰਾ ਟੌਪ ਦਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਟੈਂਕੀ ਵਾਲੇ ਪਾਸੇ ਤਲਵੰਡੀ ਭਾਈ ਦੀ ਟੀਮ ਹੈ ਤੇ ਸੋਸਰ ਵਾਲੇ ਪਾਸੇ ਕਹਿੰਦੇ ਘੱਲਾਂ ਦੀ ਟੀਮ ਹੈ ਹਾਂ ਬਾਈ ਸੁੱਖੇ ਵੀਰ ਸਾਢੇ ਗਿਆਰਾਂ ਤੇ ਬਾਰਾਂ ਦਾ ਨੋਟ ਕਰ ਲਿਆ ਜੋ ਸਾਢੇ ਗਿਆਰਾਂ ਤੇ ਬਾਰਾਂ ਦਾ ਮੈਚ ਖੇਡਿਆ ਜਾਣਾ ਹੈ ਸਾਢੇ ਗਿਆਰਾਂ ਤੇ ਬਾਰਾਂ ਦਾ ਮੈਚ ਖੇਡਿਆ ਜਾਣਾ ਹੈ ਇਹ ਦੋਨੇ ਟੀਮਾਂ ਨੋਟ ਕਰ ਲੈਣ ਹੁਣ ਦੇਖਾਂਗੇ ਵੀ ਪਹਿਲੀ ਕਬੱਡੀ ਕੌਣ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਬੱਬੂ ਮੁਦਗੀਰੀ ਧਰਤੀ ਦਾ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਵੀ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਦੇਖੋ ਲੱਗਿਆ ਰੱਬ ਨੂੰ ਝਾਉਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦੇ ਥਾਪੀ ਤੇ ਧਾਵੀ ਚੱਲਿਆ ਕਬੱਡੀਆਂ ਪਾਉਣ ਲੋਕੋ ਇਹ ਧਰਤੀ ਦੀ ਕੁੱਖ ਚੋਂ ਜੰਮੇ ਨੇ ਹੀਰੋ ਕਿਵੇਂ ਝੁੱਕ ਜੂ ਪੰਜਾਬ ਦੀ ਧਾਉਣ ਲੋਕੋ ਇਹ ਧਰਤੀ ਦੀ ਕੁੱਖ ਚੋਂ ਜੰਮੇ ਨੇ ਹੀਰੋ ਕਿਵੇਂ ਝੁੱਕ ਜੂ ਪੰਜਾਬ ਦੀ ਧਾਉਣ ਲੋਕੋ ਹਰ ਸਿਮਰਤ ਸਿੰਘ ਬੱਬੂ ਪੁਆਇੰਟ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਲਓ ਸਾਹਮਣੇ ਕਹਿੰਦੇ ਵੀ ਜੰਮੇ ਪਲੋ ਪਿੰਨ ਹਰ ਦੱਸੋ ਕਹਿੰਦੇ ਵੀ ਧੁੰਮ ਪੈ ਗਈ ਆ ਚਾਰੇ ਪਾਸੇ ਧੁੰਮ ਪੈ ਗਈ ਆ ਚਾਰੇ ਪਾਸੇ ਕੌਣ ਕਹਿੰਦੇ ਵੀ ਸੁੱਖ ਹੈ ਅਰਦਾਸੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਰੱਬਾ ਸ਼ੇਰਾਂ ਵਰਗੇ ਪੁੱਤ ਗਈ ਮਾਂ ਚਾਹ ਨੰਗੇ ਪੈਰੀ ਪੀਰਾਂ ਦੇ ਦਰ ਖੜ ਗਈ ਸਾਧੂ ਸਿੰਘ ਦੇ ਪੁੱਤਰਾਂ ਦੀ ਗੁੱਡੀ ਅੰਬਰਾਂ ਦੇ ਵਿੱਚ ਚੜ ਗਈ ਲਾਈਨ ਤੇ ਰੈਫਰੀ ਆਣੀ ਮੇਰੀ ਬੇਨਤੀ ਹੈ ਰੈਫਰੀ ਲਾਈਨ ਤੇ ਆਣੀ ਮੇਰੀ ਬੇਨਤੀ ਹੈਗਾ ਜੀ ਕਿੱਥੇ ਰਜਾਈ ਵਾਲੇ ਬੈਠਾ ਬੂਟਾ ਸਿਆ ਠੀਕ ਹੈ ਇਹ ਕਹਿੰਦੇ ਵੀ ਰੈਫਰੀ ਸਿਰੇ ਦਾ ਹੈ ਵਾਕਈ ਕਹਿੰਦੇ ਵੀ ਲਾਈਨ ਤੇ ਖੜਾ ਸਾਡਾ ਵੀਰ ਬੂਟਾ ਮਨਸੂਰਵਾਲ ਪਿੰਡ ਦਾ ਆਪਾਂ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਹੁਣ ਦੇਖਾਂਗੇ ਵੀ ਰਵੀ ਝੰਡਿਆ ਨੇ ਪਿੰਡ ਦਾ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਰਵੀ ਝੰਡਿਆ ਨੇ ਦੀ ਧਰਤੀ ਦਾ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਸੀ ਹੈ ਕਿ ਮਾਈਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਇਹਨੂੰ ਢੰਗ ਸਿਖਾ ਲੈ ਨਹੀਂ ਕੋਈ ਚੜ੍ਹਦੂ ਚੰਦ ਵੇ ਮੈਂ ਪੂਰੀ ਕਰੂੰਗੀ ਨਬਜਾ ਕਰ ਤੂੰ ਬੰਦ ਵੇ ਮੈਂ ਪੂਰੀ ਕਰੂੰਗੀ ਲੱਗਦਾ ਹੋਇਆ ਟੌਪ ਦਾ ਜਸਾ ਨਾਲ ਹੀ ਹਲਕੀ ਜੀ ਸੱਟ ਮਹਿਸੂਸ ਕੀਤੀ ਹੈ ਪਰਮਾਤਮਾ ਕਰੇ ਵੀ ਤੱਤੀ ਵਾਰ ਨਾ ਲੱਗੇ ਕਿਸੇ ਖਿਡਾਰੀ ਨੂੰ ਕਿਉਂਕਿ ਸੁਬਾਹ ਤੋਂ ਲੈ ਕੇ ਕੋਈ ਵੀ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਵੀ ਕਿਸੇ ਦੇ ਸੱਟ ਲੱਗੀ ਹੋਵੇ ਪਰਮਾਤਮਾ ਹੱਥ ਰੱਖੇ ਨਾ ਖਿਡਾਰੀਆਂ ਦੇ ਸਿਰਾਂ ਦੇ ਉੱਪਰ ਕਿ ਮਾਰਨ ਡੰਡ ਤੇ ਚੱਕਣ ਵੇਟ ਰੱਬਾ ਲੱਗੇ ਨਾ ਕਿਸੇ ਦੇ ਸੱਟ ਫੇਟ ਦੌੜਿਆਂ ਤੇ ਬਣਾਉਂਦੇ ਰਹਿਣ ਟੈਟੂ ਕੀਤੇ ਸ਼ੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਕਹਿੰਦੇ ਵੀ ਫਾਈਨਲ ਮੈਚ ਖੇਡਿਆ ਜਾ ਰਿਹਾ ਹਨੇਰਾ ਕਾਫੀ ਹੋ ਚੁੱਕਾ ਤੇ ਦਰਸ਼ਕਾਂ ਦੇ ਵਿੱਚ ਕਹਿੰਦੇ ਵੱਡਾ ਉਤਸ਼ਾਹ ਹੈ ਤੇ ਸਾਰਾ ਪਿੰਡ ਕਹਿੰਦੇ ਵੀ ਪ੍ਰਬੰਧਕ ਕਮੇਟੀ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਸਾਰਾ ਪਿੰਡ ਕਹਿੰਦੇ ਸਿਫਤਾਂ ਕਰਦਾ ਅੱਜ ਸਾਰਾ ਇਲਾਕਾ ਮੁਬਾਰਕਬਾਦ ਭੇਜਦਾ ਔਰ ਅਰਦਾਸਾਂ ਕਰਦੇ ਲੰਮੀ ਉਮਰ ਹੁਣ ਇਹਨਾਂ ਪ੍ਰਬੰਧਕਾਂ ਵੀਰ ਪ੍ਰਬੰਧਕ ਵੀਰਾਂ ਦੀਆਂ ਲਓ ਸੁੱਖ ਦੀ ਪਾਈ ਹੋਈ ਕਬੱਡੀ ਇੱਕ ਪਾਸੇ ਕਹਿੰਦੇ ਲਾਲੇ ਦਾ ਭਤੀਜਾ ਇੱਕ ਪਾਸੇ ਕਹਿੰਦੇ ਲਾਲੇ ਦਾ ਪੁੱਤ ਹੁਣ ਚਾਰ ਜਾਸੀ ਹੈ ਤੇ ਸਾਰੀ ਤਲਵੰਡੀ ਪੈ ਗਈ ਪੁਆਇੰਟ ਜਿਹੜਾ ਕਹਿੰਦੇ ਵੀ ਰੇਟਰ ਦੇ ਹਿੱਸੇ ਹੈ ਸੁੱਖ ਅਰਦਾਸੇ ਵਾਲਾ ਪੁਆਇੰਟ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਲਈ ਪੁਆਇੰਟ ਘੱਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਦੇਖਾਂਗੇ ਵੀ ਨੌਜਵਾਨ ਇਸ ਵੇਲੇ ਹੀਰਾ ਤਲਵੰਡੀ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਹੀਰਾ ਤਲਵੰਡੀ ਦੀ ਧਰਤੀ ਦਾ ਚਾਰ ਜਾਸੀ ਇੱਕ ਪਾਸੇ ਕਹਿੰਦੇ ਵੀ ਮੰਗਲ ਘੱਲਾਂ ਵਾਲਾ ਹੁਣ ਦੇਖਾਂਗੇ ਵੀ ਪੁਆਇੰਟ ਜਿਹੜਾ ਇਸ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਤਲਵੰਡੀ ਭਾਈ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਦੇਖਾਂਗੇ ਵੀ ਉਹ ਘੱਲਾਂ ਦੀ ਤਰਫੋਂ ਕੌਣ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਇਹਦੇ ਸਮੇਂ ਨੇ ਦੱਸਣਾ ਤੇ ਕਰਕੇ ਯਾਦਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਜਿਸ ਜਾਸੀ ਪਕੜ ਬਣਾਈ ਲਾਵੇ ਰੇਡਰ ਦੀ ਉਹੀ
ਹਰੇਕ ਜਿੱਥੇ ਕੌਡੀਆਂ ਪੈਂਦੀਆਂ ਧਰਤੀ ਵਿੱਚ ਪੈਂਦੇ ਨੇ ਸ਼ੇਕ ਨੰਗੇ ਪਿੰਡੋ ਜਵਾਨੀ ਚਮਕਦੀ ਸਾਰੀ ਦੁਨੀਆ ਰਹੀ ਹੈ ਦੇਖ ਮੈਚ ਉਹਨੇ ਆਖਿਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ ਮੈਚ ਉਹਨੇ ਆਖਿਰ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ ਲਓ ਸਾਹਮਣੇ ਬੜਿੰਗ ਵਾਲ ਪੈ ਗਿਆ ਕਹਿੰਦੇ ਮੋਟੇ ਪੱਟਾਂ ਨੂੰ ਖਿੱਚ ਵੱਜ ਗਈ ਹੈ ਕਿ ਜੱਟਾਂ ਦਾ ਪੁੱਤ ਪਤੰਦਰ ਬਣੇ ਸੀ ਖੜੇ ਸਿਕੰਦਰ ਤੇ ਧੱਕੇ ਨਾਲ ਲੈ ਗਏ ਅੰਦਰ ਪੁਆਇੰਟ ਤਲਵੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਵੀ ਸਿਰੇ ਦਾ ਜੱਫਾ ਲਾਇਆ ਤਲਵੰਡੀ ਵਾਲੇ ਲਾਲੇ ਦੇ ਪੁੱਤ ਨੇ ਬੱਲੇ ਬੱਲੇ ਕਰਵਾਤੀ ਹੈ ਪੰਜਾਬ ਦੇ ਕਬੱਡੀ ਕੱਪਾਂ ਦੇ ਕਹਿੰਦੇ ਵੀ ਫਤਿਹਗੜ੍ਹੀਏ ਕਾਕੇ ਦੀ ਟੀਮ ਲਈ ਖੇਡਦਾ ਹੈ ਲਓ ਸਾਹਮਣੇ ਹੁਣ ਦੇਖਾਂਗੇ ਵੀ ਬੱਬੂ ਮੁਦਕੀ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਬੱਬੂ ਮੁਦਕੀਰੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਵੀ ਨੌਜਵਾਨ ਘੱਲਾ ਵਾਲਾ ਗੱਭਰੂ ਲਾ ਤਕੜਾ ਜੱਫਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਕਹਿੰਦੇ ਵੀ ਸੁੱਖ ਘਾਲੀ ਦੀ ਟੀਮ ਹੈ ਔਰ ਪੰਜਾਬ ਦੇ ਕਬੱਡੀ ਕੱਪਾਂ ਦੇ ਕਹਿੰਦੇ ਵੀ ਆਜ਼ਾਦ ਕਬੱਡੀ ਕਲੱਬ ਐਡਮਿੰਟਨ ਦਾ ਨਾਂ ਚੱਲਦਾ ਹੈ ਤੇ ਕਹਿੰਦੇ ਵੀ ਭੇਖੇ ਵਾਲੇ ਮਾਸਟਰ ਦਵਿੰਦਰ ਸਿੰਘ ਹੋਣੀ ਔਗੜ ਪਿੰਡ ਦੇ ਧਮਿੱਕਰ ਵਰਗੇ ਤੇ ਬਾਰੇ ਵਾਲੇ ਦੇ ਟੋਨੇ ਵਰਗੇ ਕਹਿੰਦੇ ਮਾਣ ਮਹਿਸੂਸ ਕਰਦੇ ਇਹਨਾਂ ਟੀਮਾਂ ਦੇ ਲਓ ਸਾਹਮਣੇ ਵੇਖਾਂਗੇ ਵੀ ਨੌਜਵਾਨ ਇਸ ਵੇਲੇ ਤਲਵੰਡੀ ਵਾਲਾ ਗਗਨਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਘੱਲ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਕਿ ਰੱਬਾ ਤੰਦਰੁਸਤੀ ਦੇ ਸਾਨੂੰ ਕਰੋ ਸਾਰੇ ਫਰਿਆਦ ਜਿਹੜੇ ਨਸ਼ਿਆਂ 'ਚ ਪੈ ਗਏ ਹੋਏ ਸਾਰੇ ਬਰਬਾਦ ਜਿਹਨਾਂ ਮੋੜਾਂ ਉੱਤੇ ਖੜੇ ਕਰੂ ਦੁਨੀਆ ਵੀ ਯਾਦ ਜਿਹਨਾਂ ਸਾਂਭੇ ਨੇ ਸਰੀਰ ਮੇਰੇ ਮਿੱਤਰੋ ਫਿਰ ਆਣ ਕੇ ਗਰਾਊਂਡਾਂ ਵਿੱਚ ਉਹੀ ਫੱਬਦੇ ਤੇ ਮੋੜਾਂ ਉੱਤੇ ਖੜਿਆਂ ਦੇ ਨਹੀਂ ਵੀਜੇ ਲੱਗਦੇ ਤੇ ਮੋੜਾਂ ਉੱਤੇ ਖੜਿਆਂ ਦੇ ਨਹੀਂ ਵੀਜੇ ਲੱਗਦੇ ਪੁਆਇੰਟ ਕਹਿੰਦੇ ਵੀ ਇਸ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਕੌਣ ਪਾਊ ਕਹਿੰਦੇ ਵੀ ਸੁੱਖ ਹਰਦਾਸੇ ਵਾਲਾ ਨੌਜਵਾਨ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਪੰਜਾਬ ਦੇ ਕਬੱਡੀ ਕੱਪਾਂ ਦੇ ਕਹਿੰਦੇ ਵੀ ਚਿੜਕ ਵਾਲੇ ਮੱਖਣ ਦੀ ਟੀਮ ਲਈ ਖੇਡਦਾ ਲਓ ਸਾਹਮਣੇ ਕਹਿੰਦੇ ਵੀ ਸੁੱਖ ਹਰਦਾਸੇ ਵਾਲਾ ਪੰਜਾਬ ਦੇ ਕਬੱਡੀ ਕੱਪਾਂ ਤੇ ਕਹਿੰਦੇ ਵੀ ਚਿੜਕ ਵਾਲੇ ਮੱਖਣ ਦੀ ਟੀਮ ਲਈ ਖੇਡਦਾ ਹੁਣ ਦੇਖ ਅਮਰੀਕਾ ਸਾਡਾ ਬਾਈ ਕਹਿੰਦਾ ਵੀ ਜੇ ਗਗਨ ਜੱਫਾ ਲਾਵੇ ਸੁੱਖ ਨੂੰ ਤੇ 100 ਰੁਪਇਆ ਦੇਵਾਂਗੇ ਜੇ ਗਗਨ ਜੱਫਾ ਲਾਊ ਤੇ ਸਾਡਾ ਵੀਰ ਅਮਰੀਕਾ ਕਹਿੰਦਾ 100 ਰੁਪਇਆ ਦੇਵਾਂਗੇ ਲਓ ਸਾਹਮਣੇ ਕਹਿੰਦੇ ਵੀ ਮੁਦਕੀ ਵਾਲੇ ਬੱਬੂ ਦੀ ਪਾਈ ਹੋਈ ਕਬੱਡੀ ਤੇ ਸਾਹਮਣੇ ਕਹਿੰਦੇ ਵੀ ਧੂੜ ਉੱਡਦੀ ਹੈ ਛੂਦੀ ਅਸਮਾਨਾਂ ਨੂੰ ਨਜ਼ਰਾਂ ਤੋਂ ਬਚਾਈਓ ਮਾਲਕਾ ਇਹਨਾਂ ਜਵਾਨਾਂ ਨੂੰ ਨਜ਼ਰਾਂ ਤੋਂ ਬਚਾਈਓ ਮਾਲਕਾ ਇਹਨਾਂ ਜਵਾਨਾਂ ਨੂੰ ਲਓ ਸਾਹਮਣੇ ਕਹਿੰਦੇ ਵੀ ਘੱਲਾਂ ਵਾਲੇ ਦੋ ਦੋ ਪੈਣ ਲੱਗ ਪਏ ਹੈ ਤੇ ਪੁਆਇੰਟ ਜਿਹੜਾ ਕਹਿੰਦੇ ਤਲਵੰਡੀ ਭਾਈ ਦੀ ਟੀਮ ਦੇ ਹਿੱਸੇ ਹੈ ਬੱਬੂ ਮੁਦਕੀ ਵਾਲਾ ਪੁਆਇੰਟ ਤਲਵੰਡੀ ਦੀ ਟੀਮ ਲਈ ਜੋੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚਾਲੋ ਲਾਈ ਵਾਲਾ ਰਵੀ ਝੰਡਿਆਂ ਦੇ ਪਿੰਡ ਦਾ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਕਿ ਪਹਿਲਾਂ ਖੇਡੀ ਜਾਂਦੀ ਸੀ ਤੂੰ ਰੋੜਿਆਂ ਦੇ ਉੱਤੇ ਹੁਣ ਤੂੰ ਸਟੇਡੀਅਮਾਂ ਵਿੱਚ ਖੇਡੀ ਜਾਵੇ ਆਏ ਸਾਲ ਕਈਆਂ ਘਰਾਂ ਦੇ ਪੁੱਤ ਕੈਨੇਡਾ ਖੇਡਣ ਲੈ ਜਾਵੇ ਪਤਾ ਨਹੀਂ ਤੇਰੇ ਵਿੱਚ ਕੀ ਚਾੜੀ ਜਾਨੀ ਹੈ ਮਨ ਨੂੰ ਸਰੂਰ ਤੂੰ ਤੇਰੇ ਸਦਕੇ ਜਾਵਾਂ ਕਬੱਡੀਓ ਦੀ ਕਰਤੀ ਕਈਆਂ ਘਰਾਂ ਦੀ ਗਰੀਬੀ ਦੂਰ ਤੂੰ ਹੈਪੀ ਸੰਧੂ ਵੱਲੋਂ ਝੰਡਿਆਂ ਦੇ ਰਵੀ ਦੇ ਲਈ 100 ਰੁਪਇਆ ਕੁਝ ਆਪਾਂ ਧੰਨਵਾਦ ਕਰਦੇ ਹਾਂ ਹੈਪੀ ਸੰਧੂ ਵੱਲੋਂ ਝੰਡੇਆੜੀਏ ਰਵੀ ਦੇ ਲਈ 100 ਰੁਪਇਆ ਆਪਾਂ ਧੰਨਵਾਦ ਕਰਦੇ ਹਾਂ ਲਓ ਸਾਹਮਣੇ ਦੇਖਦੇ ਹਾਂ ਵੀ ਨੌਜਵਾਨ ਇਸ ਵੇਲੇ ਤਲਵੰਡੀ ਵਾਲਾ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਤੇ ਘੱਲਾ ਵਾਲਾ ਕਹਿੰਦੇ ਵੀ ਜਿੱਦ ਫੜੀ ਬੈਠਾ 7-7-97 ਦੀ ਜਨਮ ਤਰੀਕ ਕਿਸੇ ਗੱਲੋਂ ਨਹੀਂ ਉਹ ਘੱਟ ਚਾਰੇ ਪਾਸੇ ਹੋਇਆ ਠੀਕ ਸਿਫਤਾਂ ਕਰੀ ਜਾਂਦਾ ਖੁਸੇ ਕੋਟਲੇ ਦਾ ਅਮਰੀਕ ਕਰਮ ਸਿੰਘ ਨੇ ਸੋਚਿਆ ਨਹੀਂ ਸੀ ਉਹਦੇ ਪੁੱਤ ਦੇ ਨਾਂ ਤੋਂ ਦੁਨੀਆ ਕੰਬੂ ਠੱਲ ਦਿੰਦਾ ਤੂਫਾਨਾਂ ਨੂੰ ਲੋਕੋ ਘੱਲਾਂ ਵਾਲਾ ਅੰਬੂ ਠੱਲ ਦਿੰਦਾ ਤੂਫਾਨਾਂ ਨੂੰ ਲੋਕੋ ਘੱਲਾਂ ਵਾਲਾ ਅੰਬੂ ਕਰਮ ਸਿੰਘ ਨੇ ਕਦੇ ਸੋਚਿਆ ਨਹੀਂ ਸੀ ਵੀ ਉਹਦਾ ਪੁੱਤ ਦਰਿਆ ਠੱਲ ਦੂ ਲਓ ਸਾਹਮਣੇ ਦੇਖਾਂਗੇ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਅਗਲੀ ਕਬੱਡੀ ਕਹਿੰਦੇ ਵੀ ਨੌਜਵਾਨ ਬੱਬੂ ਮੁਦਕੀ ਦੀ ਧਰਤੀ ਦਾ ਮੁਦਕੀ ਵਾਲਾ ਬੱਬੂ ਕਹਿੰਦੇ ਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਹੁਣ ਕਹਿੰਦੇ ਵੀ ਘੱਲਾਂ ਵਾਲਾ ਜਿਹੜੇ ਚਾਰ ਜਾਫੀ ਹੈ ਇੱਕ ਪਾਸੇ ਕਹਿੰਦੇ ਕਰਮ ਸਿੰਘ ਦਾ ਸਪੁੱਤਰ ਹੈ ਦੂਜੇ ਪਾਸੇ ਕਹਿੰਦੇ ਦੇਵ ਸਿੰਘ ਪ੍ਰਧਾਨ ਦਾ ਪੁੱਤ ਹੈ ਨਾਲ ਲੱਖਾਂ ਘਾਲੀ ਤੇ ਕਹਿੰਦੇ ਸੋਨੇ ਨੇ ਕਿ ਰਿਚਮੰਡ ਵੱਲੋਂ ਕੈਨੇਡਾ ਖੇਡਣਾ ਆਹ ਕਹਿੰਦੇ ਵੀ ਘੱਲਾਂ ਦੀ ਧਰਤੀ ਦਾ ਮੰਗਲ ਕਿ ਜਦ ਮੈਂ ਗਈ ਕੁੜੀਓ ਜਗਰਾਵਾਂ ਦੇ ਅੱਡੇ ਕਿ ਬੜੀ ਛਿੜਾਵਾਂ ਮੰਗਲ ਚੰਦਰਾ ਬਾਹ ਨਾ ਮੇਰੀ ਛੱਡੇ ਵੀ ਜਦ ਮੈਂ ਗਈ ਕੁੜੀਓ ਜਾਗਰਾਵਾਂ ਦੇ ਅੱਡੇ ਲਓ ਸਾਹਮਣੇ ਕਹਿੰਦੇ ਮੁੰਡਾ ਘਰੋਂ ਚੱਕ ਕੇ ਲੈ ਗਿਆ ਇਹ ਕਹਿੰਦੇ ਟਰੱਕ ਯੂਨੀਅਨ ਦੇ ਪ੍ਰਧਾਨ ਦੇਵ ਦਾ ਪੁੱਤ ਹੈ ਇਹਦੇ ਫਾਦਰ ਸਾਹਿਬ ਟਰੱਕ ਯੂਨੀਅਨ ਦੇ ਪ੍ਰਧਾਨ ਹੈ ਕਹਿੰਦੇ ਵੀ ਮੰਗਲ ਨੂੰ ਦੁਨੀਆ ਜਾਣਦੀ ਹੈ ਤੇ ਬੁਈਆਂ ਵਾਲੇ ਦੇ ਕੇਬਲ ਹੋਣਿਆਂ ਨੇ ਕਹਿੰਦੇ ਵੀ ਚੋਣ ਕੀਤੀ ਇਸ ਨੌਜਵਾਨ ਖਿਡਾਰੀ ਦੀ ਘੱਲਾਂ ਵਾਲਾ ਸੁੱਖ ਕਹਿੰਦੇ ਕੋਚ ਹੈ ਕਬੱਡੀ ਤੁੰਨ ਤੁੰਨ ਕੇ ਭਰੀ ਹੈ ਰਮਣਾ ਜੇ ਸੁੱਖ ਨੂੰ ਜਫਾ ਲਾ ਦੋ ਤੇ ਅਮਰੀਕਾ ਕਹਿੰਦਾ 100 ਰੁਪਇਆ ਦੇਵਾਂਗੇ ਜੇ ਰਮਣਾ ਜਫਾ ਲਾਊ ਹੁਣ ਚਾਰ ਜਾਫੀ ਹੈ ਲੈ ਵੀ ਰਮਨਦੀਪ ਸਿੰਘ ਤਕੜਾ ਹੋ ਨੌਜਵਾਨ ਕਹਿੰਦੇ ਵੀ ਘੱਲਾਂ ਵਾਲਾ ਨੌਜਵਾਨ ਘੱਲਾਂ ਦੀ ਤਰਫੋਂ ਸੁੱਖ ਕਬੱਡੀ ਪਾ ਰਿਹਾ ਮੁੰਡੇ ਦੇ ਸਰੀਰ ਦੇ ਉੱਪਰੋਂ ਕਹਿੰਦੇ ਮਿੱਟੀ ਤਿਲਕਦੀ ਹੈ ਮੁੰਡਾ ਸੋਹਣਾ ਜਿਹਾ ਕੌਡੀਆਂ ਪਾਵੇ ਤੇ ਤਿਪ ਤਿਪ ਚੋਵੇ ਮੁੜਕੇ ਪੁਆਇੰਟ
ਕ੍ਰਿਕਟ ਦਾ ਕੱਲਾਂ ਦੀ ਟੀਮ ਦੇ ਹਿੱਸੇ ਪੁਆਇੰਟ ਹੈ ਪਰ ਕਹਿੰਦੇ ਗਗਨ ਨੇ ਧੱਕੇ ਮਾਰ ਕੇ ਬਾਹਰ ਆਏ ਕੱਢਤਾ ਸੀ ਜਿਵੇਂ ਖੰਡ ਪਾਠ ਵਾਲੇ ਘਰੋਂ ਸ਼ਰਾਬੀ ਕੱਢੀ ਦਾ ਪੁਆਇੰਟ ਕਹਿੰਦੇ ਵੀ ਕੱਲਾਂ ਦੀ ਟੀਮ ਦਾ ਹੈ ਤਾਂ ਸਾਹਮਣੇ ਹੁਣ ਦੇਖਾਂਗੇ ਵੀ ਨੌਜਵਾਨ ਤਲਵੰਡੀ ਵਾਲਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਤਲਵੰਡੀ ਵਾਲੇ ਦੀ ਪਾਈ ਹੋਈ ਕਬੱਡੀ ਤੇ ਦੋ ਨੰਬਰ ਤੋਂ ਕਹਿੰਦੇ ਵੀ ਵੱਧ ਕੇ ਕੀਤੀ ਹੈ ਕੋਸ਼ਿਸ਼ ਲਓ ਉੱਡਦੀ ਹੈ ਧੂੜ ਤੇ ਕਹਿੰਦੇ ਵੀ ਨੌਜਵਾਨ ਹੀਰਾ ਹੱਥਾਂ ਦੇ ਵਿੱਚੋਂ ਨਿਕਲ ਗਿਆ ਪੁਆਇੰਟ ਤਲਵੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਦੇਖਾਂਗੇ ਵੀ ਰਵੀ ਝੰਡਿਆਂ ਨੇ ਪਿੰਡ ਦਾ ਝੰਡਿਆਂ ਨੇ ਪਿੰਡ ਦਾ ਕਹਿੰਦੇ ਵੀ ਰਵੀ ਅਗਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਕਿ ਰਾਤੀ ਸੁੱਤੀ ਪਈ ਨੂੰ ਸੀ ਆਇਆ ਸੁਪਨਾ ਤੇ ਸੁਪਨੇ ਵਿੱਚ ਨਾ ਤੂੰ ਗਿਆ ਕਿਸੇ ਕੋਲੋਂ ਫੜਿਆ ਉਹ ਧਰਤੀ ਪਿੰਡ ਭਗੇਲੇ ਵਾਲੇ ਦੀ ਤੇ ਨੋਟਾਂ ਦਾ ਸੀ ਤੇਰੇ ਉੱਤੇ ਮੀਂਹ ਵੜਿਆ ਸੁਪਨੇ ਤੂੰ ਕਰਕੇ ਦਿਖਾ ਦੇ ਸੱਚ ਵੇ ਬਦਲੂ ਤਕਦੀਰ ਸਿੱਧਾ ਗੇੜ ਬਣ ਜਾ ਕੁੱਖੋਂ ਜਾਏ ਤਾਈ ਮਾਘ ਦੀ ਕਿ ਪੁੱਤਾ ਬਸ ਕੌਡੀ ਦਾ ਪਲੇਅਰ ਬਣ ਜਾ ਕੁੱਖੋਂ ਜਾਏ ਤਾਈ ਮਾਘ ਦੀ ਕਿ ਪੁੱਤਾ ਬਸ ਕੌਡੀ ਦਾ ਪਲੇਅਰ ਬਣ ਜਾ ਹਰ ਇੱਕ ਮਾਂ ਦੀ ਇੱਛਾ ਹਰ ਇੱਕ ਮਾਂ ਦਾ ਸੁਪਨਾ ਹੈ ਵੀ ਉਹਦਾ ਪੁੱਤ ਸਟਾਰ ਬਣ ਜਾਵੇ ਜਿਵੇਂ ਕਹਿੰਦੇ ਵੀ ਜਿਹੜੇ ਪਲੇਅਰ ਕਬੱਡੀ ਖੇਡਦੇ ਆ ਮੁੰਡੇ ਗਿੰਦਰੀ ਵਰਗੇ ਨਾਰੇ ਵਰਗੇ ਕਹਿੰਦੇ ਵੀ ਕਿੰਨੇ ਭਾਗਾਂ ਵਾਲੇ ਮਾਪੇ ਨੇ ਬਲਜੀਤ ਹੋਣੀ ਕਹਿੰਦੇ ਵੀ ਟੌਪ ਦੇ ਪਲੇਅਰ ਆ ਲੱਖੇ ਹੋਣੀ ਕਹਿੰਦੇ ਵੀ ਕੋਰੇ ਵਾਲੀ ਇਹ ਜੱਸੇ ਨੇ ਅੱਜ ਸਿਰਾ ਕਰਤਾ ਖੇਡ ਦੇ ਮੈਦਾਨਾਂ ਦੇ ਵਿੱਚ ਉਹ ਸਾਹਮਣੇ ਦੇਖਦੇ ਆ ਵੀ ਨੌਜਵਾਨ ਇਸ ਵੇਲੇ ਤਲਵੰਡੀ ਵਾਲਾ ਹਲਕਾ ਲਾ ਟੱਚ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਖੇਡ ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਦੇਖਾਂਗੇ ਵੀ ਕੌਣ ਪਾਊਗਾ ਕਹਿੰਦੇ ਵੀ ਬੁਲਟ ਮੋਟਰਸਾਈਕਲ ਦਿੱਤਾ ਗਿਆ ਸੀ ਆਹ ਖਿਡਾਰੀ ਨੂੰ ਜਿਹੜਾ ਹੁਣ ਕਬੱਡੀ ਪਾ ਰਿਹਾ ਤੇ ਵੱਡੇ ਭਰਾ ਨੂੰ ਕਹਿੰਦੇ i20 ਗੱਡੀ ਦਿੱਤੀ ਸੀ ਮੰਗਲ ਸਰਪੰਚ ਨੇ ਵਾਕਈ ਕਹਿੰਦੇ ਵੀ ਵੱਡੇ ਮਾਣ ਸਨਮਾਨ ਮਿਲਦੇ ਆ ਕਿ ਜਿੰਨਾ ਘਰਾਂ ਤੇ ਗਰੀਬੀ ਦਾ ਕਹਿਰ ਟੁੱਟਿਆ ਪਰ ਅੱਜ ਤੂੰ ਉਹਨਾਂ ਦੇ ਦਿਨ ਫੇਰੇ ਜਿਹਨਾਂ ਨੂੰ ਸਾਈਕਲ ਨਾ ਕਦੇ ਨਸੀਬ ਹੋਏ ਦਿੰਦੇ ਫਿਰਨ ਬੁਲਟਾਂ ਤੇ ਉਹ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਲਵਾ ਤੇ ਕੈਨੇਡਾ ਅਮਰੀਕਾ ਵਾਲੇ ਉਹਨਾਂ ਦੇ ਟੂਰ ਤੂੰ ਤੇਰੇ ਸੱਦ ਕੇ ਜਾਵਾਂ ਕਬੱਡੀ ਏਰੀ ਕਰਤੀ ਕੰਨਿਆ ਘਰਾਂ ਦੀ ਗਰੀਬੀ ਦੂਰ ਤੂੰ ਤੇਰੇ ਸੱਦ ਕੇ ਜਾਵਾਂ ਕਬੱਡੀ ਏਰੀ ਕਰਤੀ ਕੰਨਿਆ ਘਰਾਂ ਦੀ ਗਰੀਬੀ ਦੂਰ ਤੂੰ ਦਰਸ਼ਕ ਵੀਰੋ ਜੇ ਸਵਾਦ ਆਇਆ ਤਾੜੀ ਮਾਰ ਦਿਓ ਇੱਕ ਵਾਰੀ ਆਪੋ ਆਪਣੇ ਲਈ ਬੋਲੇ ਸੋ ਨਿਹਾਲ ਸਾਰੇ ਨਗਰ ਨੂੰ ਮੁਬਾਰਕਬਾਦ ਸਾਡਾ ਵੀਰ ਜਿਹੜਾ ਅਰਸ਼ ਉਮਰੀਆਂ ਨੇ ਪਿੰਡ ਦਾ ਉਹ ਮਾਈਕ ਤੇ ਆਵੇਗਾ ਮੇਰਾ ਵੀਰ ਤੇ ਲੇਖਾ ਜੋਖਾ ਸਾਂਝਾ ਕਰਨਾ ਸੁੱਖੇ ਬਾਈ ਆਪਾਂ ਦੱਸਣਾ ਵੀ ਕੌਣ ਜਿੱਤਿਆ ਕੌਣ ਫਸਟ ਹੈ ਕੌਣ ਸੈਕਿੰਡ ਹੈ ਸਾਢੇ ਦਸ ਪੁਆਇੰਟ ਆ ਜੀ ਤਲਵੰਡੀ ਦੇ ਤੇ 12 ਪੁਆਇੰਟ ਆ ਢਾਲ ਕਲਾਂ ਦੀ ਟੀਮ ਤੇ ਡੇਢ ਪੁਆਇੰਟ ਤੇ ਕਹਿੰਦੇ ਵੀ ਕੱਲਾਂ ਦੀ ਟੀਮ ਜਿੱਤ ਗਈ ਹੈ ਕੱਲਾਂ ਦੀ ਟੀਮ ਫਸਟ ਤਲਵੰਡੀ ਦੀ ਟੀਮ ਸੈਕਿੰਡ ਦੋਨੇ ਟੀਮਾਂ ਨੂੰ ਲੱਖ ਲੱਖ ਮੁਬਾਰਕਾਂ ਚਲੋ ਮੁਬਾਰਕਬਾਦ ਪ੍ਰਬੰਧਕ ਕਮੇਟੀ ਭਾਈ ਦੋਨੇ ਟੀਮਾਂ ਨੂੰ ਬੇਨਤੀ ਆ ਆਪਣਾ ਨਾਮ ਉੱਥੋਂ ਆ ਕੇ ਪ੍ਰਾਪਤ ਕਰ ਲਾ ਸਟੇਜ ਦੇ ਅਗਲੇ ਪਾਸੇ ਆ ਜਾਣ ਕਿਰਪਾ ਕਰਕੇ ਜਲਦੀ ਬਾਬਾ ਜੀ ਨੇ ਜਾਣਾ ਹਾਂਜੀ ਕੱਲਾ ਨੀ ਜੇਤੂ ਟੀਮ ਇੱਥੇ ਪਹੁੰਚੇ ਜੀ ਆਪਣਾ ਨਾਮ ਪ੍ਰਾਪਤ ਕਰੇ ਜੀ ਆ ਗਏ ਹੈਲੋ ਨਾ ਜੀ ਨਾ ਚੀਕਾਂ ਨਹੀਂ ਮਾਰਨੀਆਂ ਜੀ ਤਲਵੰਡੀ ਭਾਈ ਦੀ ਟੀਮ ਪਹੁੰਚ ਕੇ ਆਪਣਾ ਨਾਮ ਪ੍ਰਾਪਤ ਕਰ ਲਿਆ ਜੀ ਤਲਵੰਡੀ ਭਾਈ ਤੋੜਦੀ ਪੈਣ ਲੜਾ ਆਉਣੇ
हेलो हेलो हाँ जी बाबा बलदेव सिंह जी ने सम्मान चंद दिता जा रहा है धन्यवाद जी बहुत हेलो हेलो हाँ जी असी समूह टूरनामेंट कमेटी वालों सारे जी आया आखते हैं खास करके पिंड सानू बहुत सहयोग मिले जी पिंड बघेलिया तो जिन्होंने मैच बहुत वधिया तरीके नाल देखिया किसी तरह की कोई परेशानी नहीं आई असी समुचे पिंड एन आई वीर हेलो भाई जी निर्वैर जिते भी आ मैनू स्टेज ते आके मिले मैं तारना बोलदा हां भाई जी लार जगा दो कदी इथे हाँ जी सारे रेफरी साहबान कमेंट्री वाले जिन्होंने साडा बहुत ही वधिया तरीके नाल सहयोग दिता जी असीं उन्हां दा भी बहुत तहे दिलों धन्नवाद करदे हां जी हां भाई सो सुणदा भाई जी मिंटू घर दे भालदे फिरदे उहनूं बेनती है घरे जा उड़े हैलो भाई भोले हां भाई सारी कमेटी नूं बेनती है कमेटी वाले कोई भाई भोले जल्दी आ जी हाँ जी विनय विनय डिजिटल स्टूडियो वाहेगुरु जी का खालसा वाहेगुरु जी की फतेह सारे नौजवान वीरां नूं नगर वासियां वालों दोवां पंचायतों वालों लख लख वधाई होवे इन्हां वीरां दा बहुत संयोग है अगे वास्ते इन्हां नौजवानां दे वीरां नूं बहुत बहुत संयोग देवांगे नगर वासी जिन्हां